ਹੋਕੀ ਐ ਗੁੱਚੀ ਐ ਰੁਮਾਨੀ ਪਿੱਛੇ ਰੋਲਦੀ ਜਵਾਨੀ ਚੈੱਕ ਕਰਦੀ ਬ੍ਰਾਂਡਾਂ ਵਾਲੇ ਟੈਗ ਨੀ ਆ ਜਾ ਦੱਸਾਂ ਤੈਨੂੰ ਸੋਹਣੀਏ ਨੀ ਫੈਸ਼ਨ ਕੀ ਹੁੰਦਾ ਤੇਰੇ ਯਾਰ ਦਾ ਤਾਂ ਵੱਖਰਾ ਸਵੈਗ ਨੀ ਉਹ ਕਾਲਾ ਕੁੜਤਾ ਪਜਾਮਾ 350 ਆਮਾ ਸਿਰਦਾਰੀ ਵਾਲਾ ਚੁੱਕਿਆ ਫਲੈਗ ਨੀ ਉਹ ਜੁੱਤੀ ਯਾਰਾਂ ਦੀ ਐ ਕੈਮ ਸਾਰੇ ਕੱਢ ਦਈਏ ਵਹਿਮ ਪੰਗਾ ਲੈਂਦਾ ਨਾ ਹਾਂ ਜੁ ਮੈਂ ਜੈਜ ਨੀ ਉਹ ਵੱਖਰਾ ਸਵੈਗ ਨੀ ਉਹ ਵੱਖਰਾ ਸਵੈਗ ਨੀ ਨਫ ਕਿਤੇ ਨਾ ਕਿਤੇ ਲੱਗਦਾ ਹੈ ਕਿ ਜੇ ਅੱਜ ਵੀ ਤੁਸੀਂ ਬਾਦਸ਼ਾਹ ਦੇ ਨਾਲ ਉਵੇਂ ਹੀ ਹੁੰਦੇ ਤਾਂ ਸ਼ਾਇਦ ਇੱਕ ਜੋ ਹਾਈਪ ਹੈ ਉਹ ਨੈਕਸਟ ਲੈਵਲ ਹੁੰਦੀ ਆਂਦਾ ਦੇ ਵਿੱਚ ਹੋ ਸਕਦਾ ਪੱਦੇ ਵਾਲੀ ਗੱਲ ਹੀ ਲਾ ਲਓ ਬਾਦਸ਼ਾਹ ਤੇ ਮੇਰੀ ਜੀ ਉਹ ਕੁਛ ਕੁ ਬੰਦੇ ਮੇਰੇ ਕੋਲੇ ਆ ਕੇ ਬਹਿੰਦੇ ਸੀਗੇ ਉਹੀ ਬੰਦੇ ਹੁਣ ਮੈਂ ਤਾਂ ਮੁੜ ਕੇ ਚਲ ਮਿਲਦਾ ਨਹੀਂ ਸੀਗਾ ਮੈਂ ਤੂੰ ਗੱਲਾਂ ਸੁਣ ਕੇ ਉਹਨੂੰ ਦੱਸਦੀ ਆ ਉਹਦੇ ਕੋਲ ਗੱਲਾਂ ਸੁਣ ਕੇ ਮੈਨੂੰ ਦੱਸਦੀਆਂ ਹਨ ਸੋ ਸਵਾਦ ਲੈਣ ਵਾਲੀ ਜਿਹੜੀ ਦੁਨੀਆ ਆ ਇਹ ਬਹੁਤ ਤੜਾਉਂਦੀ ਆ ਇੰਡਸਟਰੀ ਦੇ ਵਿੱਚ ਪਿਆਰ ਬਣ ਸਕਦਾ ਪਰ ਹਾਂ ਉਹਦੇ ਲਈ ਭਰੋਸਾ ਬਹੁਤ ਜ਼ਰੂਰੀ ਆ ਜਸਸੀ ਗਿੱਲ ਸ਼ੋਜ਼ ਦੇਖ ਕੇ ਕਰਨੇ ਚਾਹੀਦੇ ਜਿਹੜੇ ਕਿ ਟੀਵੀ ਸ਼ੋਅ ਹੁੰਦੇ ਆ ਦੇਖ ਕੇ ਕਰਨੇ ਚਾਹੀਦੇ ਹਾਂ ਓਕੇ ਜਿਹੜੇ ਸਾਡੇ ਪੰਜਾਬੀਆਂ ਦੇ ਹੱਕ 'ਚ ਉਹ ਚੀਜ਼ ਕਰਨੀ ਚਾਹੀਦੀ ਮੈਨੂੰ ਲੱਗਦਾ ਕਿ ਜਿਨ੍ਹਾਂ ਨੇ ਬਣਾਇਆ ਨਾ ਉਹਨਾਂ ਨੂੰ ਟੱਚ ਨਹੀਂ ਦੱਸਣਾ ਚਾਹੀਦਾ ਜੀ ਰਣਜੀਤ ਬਾਬਾ ਤੇ ਫੁੱਲ ਫੱਟੇ ਚੱਕੂਗਾ ਅਸੀਂ ਨਾਲ ਕਲਾਕਾਰੀ ਜਿੱਥੇ ਘੱਟ ਆ ਤੇ ਦਿਖਾਵਾ ਵੱਧ ਆ 2 ਮਿਲੀਅਨ ਬੰਦੇ ਨੇ ਸੁਣਿਆ ਉਹਨੂੰ ਬੰਦਾ ਬਾਅਦ 'ਚ ਸੁਣੂਗਾ ਜਿਹੜੇ ਗਾਣੇ ਨੂੰ 15 ਮਿਲੀਅਨ ਨੇ ਸੁਣਿਆ ਉਹਨੂੰ ਜਲਦੀ ਸੁਣੂਗਾ ਵਰਲਡ ਵਾਈਡ ਐਡ ਹੁੰਦੀ ਆ ਤੇ ਉੱਥੇ ਆਪਾਂ ਦੇਖਿਆ ਕਈ ਵਾਰੀ ਹੁਣ ਇਹ ਕਹਿੰਦੇ ਟ੍ਰੈਂਡਿੰਗ ਇਨ ਰਸ਼ੀਆ ਜੀ ਟ੍ਰੈਂਡਿੰਗ ਇਨ ਆਪਣਾ ਕਿਸੇ ਹੋਰ ਪਾਸੇ ਹੈ ਨਾ ਉੱਥੇ ਪੰਜਾਬੀ ਤਾਂ ਹੈ ਨਹੀਂ ਗੇ ਇੰਨੇ ਮਤਲਬ ਉੱਧਰਲੇ ਪਾਸੇ ਟ੍ਰੈਂਡਿੰਗ ਕਿੱਦਾਂ ਹੋ ਗਿਆ ਟ੍ਰੈਂਡਿੰਗ ਤਾਂ ਹੋਊਗਾ ਕਿ ਇੱਕ ਏਰੀਏ ਦੇ ਬੰਦਿਆਂ ਨੇ ਇੰਨੀ ਵਾਰ ਵੇਖਿਆ ਤੇ ਉੱਥੇ ਮਤਲਬ ਜੇ ਹੁਣ ਪੰਜਾਬ ਦੀ ਟ੍ਰੈਂਡਿੰਗ ਦੀ ਗੱਲ ਕਰੀਏ ਪੰਜਾਬ 'ਚ ਟ੍ਰੈਂਡਿੰਗ ਹੁੰਦਾ ਨਹੀਂ ਪੰਜਾਬੀ ਗਾਣਾ ਸਿੱਧੂ ਮੂਸੇਵਾਲਾ ਬਹੁਤੀ ਮੈਂ ਨਹੀਂ ਕਰਨੀ ਚਾਹੀਦੀ ਮੈਨੂੰ ਲੱਗਦਾ ਕਰਨ ਔਜਲਾ ਹਰ ਚੀਜ਼ ਮੈਨੂੰ ਲੱਗਦਾ ਕਿ ਕੰਟਰੋਵਰਸੀ ਕਰਕੇ ਨਹੀਂ ਚਲਾਉਣੀ ਚਾਹੀਦੀ ਓਕੇ ਕਿਉਂਕਿ ਕਿਉਂਕਿ ਇੱਕ ਦੂਜੇ ਨੂੰ ਆਈ ਲੱਗੀ ਜਾਂਦਾ ਸੋਸ਼ਲ ਮੀਡੀਆ ਤੇ ਕਿ ਵੀ ਉਹ ਉਹਦੇ ਲਈ ਆ ਉਹ ਉਹਦੇ ਲਈ ਹੈਲੋ ਹਾਏ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਕਮਾਇਨੀ ਸ਼ਰਮਾ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਐਂਡ ਅੱਜ ਇਸ ਇੰਟਰਵਿਊ ਦਾ ਸਵੈਗ ਟੋਟਲੀ ਡਿਫਰੈਂਟ ਹੋਣ ਵਾਲਾ ਹੈ ਕਿਉਂ ਕਿਉਂਕਿ ਇਸ ਇੰਟਰਵਿਊ ਦੇ ਵਿੱਚ ਮੈਂ ਹਾਂ ਅਤੇ ਮੇਰੇ ਨਾਲ ਨੇ ਉਹ ਜਿਨ੍ਹਾਂ ਦਾ ਸਵੈਗ ਐਕਚੁਅਲ ਦੇ ਵਿੱਚ ਵੱਖਰਾ ਹੈ ਜੀ ਹਾਂ ਮੈਂ ਬਿਲਕੁਲ ਗੱਲ ਕਰ ਰਹੀ ਹਾਂ ਉਹਨਾਂ ਦੀ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਅੱਛੇ ਸੌਂਗਸ ਤਾਂ ਦਿੱਤੇ ਹੀ ਨੇ ਲੇਕਿਨ ਆਪਣੇ ਵੱਖਰੇ ਸਵੈਗ ਦੇ ਨਾਲ ਸੋ ਆਮ ਸ਼ੋਰ ਤੁਹਾਨੂੰ ਪਤਾ ਜ਼ਰੂਰ ਲੱਗ ਗਿਆ ਹੋਏਗਾ ਔਰ ਜੇਕਰ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਡਾਊਟ ਹੈ ਤਾਂ ਲੈਟ ਮੀ ਕਲੀਅਰ ਮੇਰੇ ਨਾਲ ਨੇ ਅੱਜ ਵਨ ਐਂਡ ਓਨਲੀ ਨਵਿੰਦਰ ਸਤਿ ਸ਼੍ਰੀ ਅਕਾਲ ਇੰਨੇ ਸੀਰੀਅਸ ਐਕਸਪ੍ਰੈਸ਼ਨ ਦੇ ਕੇ ਮਿਲੋਗੇ ਤੁਸੀਂ ਚੰਗਾ ਨਹੀਂ ਲੱਗਿਆ ਮਿਲ ਕੇ ਜਿੱਦਾਂ ਦਾ ਪਹਿਰਾਵਾ ਪਾਇਆ ਸਤਿ ਸ਼੍ਰੀ ਅਕਾਲ ਇੱਦਾਂ ਵਧੀਆ ਉਦਾਂ ਵੀ ਨਾ ਆਦਤ ਨਹੀਂ ਪਈ ਹੋਈ ਅੱਜ ਕੱਲ੍ਹ ਕੋਵਿਡ ਕਰਕੇ ਦੂਰ ਹੀ ਸਤਿ ਸ਼੍ਰੀ ਅਕਾਲ ਦੂਰ ਡਿਸਟੈਂਸ ਮੇਨਟੇਨ ਓਕੇ ਸੋ ਅੱਜ ਆਪਾਂ ਤੁਹਾਡੇ ਕੋਲ ਆਏ ਹਾਂ ਤੁਹਾਡੇ ਨਵੇਂ ਗਾਣੇ ਦੀ ਗੱਲਬਾਤ ਕਰਨ ਦੇ ਲਈ ਐਂਡ ਨਵਿੰਦਰ ਤੁਹਾਨੂੰ ਪਤਾ ਮੈਂ ਜਦੋਂ ਮਿਲਦੀ ਹਾਂ ਸੋ ਮੈਨੂੰ ਤਾਂ ਬਹੁਤ ਸਾਰੀਆਂ ਗੱਲਾਂ ਯੂਨੋ ਮੇਰੇ ਕੋਲ ਹੁੰਦੀਆਂ ਨੇ ਸੋ ਪਹਿਲੀ ਗੱਲ ਤਾਂ ਇਹ ਦੱਸੋ ਕਿ ਬਹੁਤ ਗਰਮੀ ਹੈ ਨਿੰਬੂ ਪਾਣੀ ਵਗੈਰਾ ਮਿਲੇਗਾ ਜ਼ਰੂਰ ਓਕੇ ਸੋ ਆਪਾਂ ਬਹਿ ਕੇ ਗੱਲ ਕਰਦੇ ਹਾਂ ਚੱਲ ਇੰਡਸਟਰੀ ਦੇ ਵਿੱਚ ਹੁਣ ਬਹੁਤ ਕੁਛ ਚੇਂਜ ਹੋ ਗਿਆ ਰਾਈਟ ਅਤੇ ਹੁਣ ਕੀ ਚੱਲ ਰਿਹਾ ਕਿ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਪੈਸੇ ਦੀ ਇੰਡਸਟਰੀ ਹੋ ਗਈ ਹੈ ਜੀ ਸੱਚ ਪੁੱਛੋ ਤਾਂ ਇੱਦਾਂ ਹੀ ਆ ਕਿ ਜਿੰਨਾ ਕੁ ਬੰਦਾ ਮੈਨੂੰ ਲੱਗਦਾ ਗਾਣੇ 'ਤੇ ਇਨਵੈਸਟ ਕਰਦਾ ਉੱਡਾ ਗਾਣਾ ਦਿਖਾ ਦਿੰਦਾ ਅਤੇ ਜੇ ਕੋਈ ਨਵਾਂ ਆਉਣਾ ਚਾਹਵੇ ਬਹੁਤ ਮੁਸ਼ਕਲ ਆ ਉਹਨੂੰ ਪਹਿਲੀ ਗੱਲ ਤਾਂ ਕੋਈ ਕੰਪਨੀ ਨਹੀਂ ਨਾਲ ਸਿਰ ਫੜਾਊਗੀ ਹੈ ਨਾ ਅਤੇ ਜੇ ਇਨਵੈਸਟ ਕਰੂਗਾ ਫਿਰ ਉਹ ਆਪਣੇ ਆਪ ਨੂੰ ਦਿਖਾ ਸਕੋ ਕਿਉਂਕਿ ਤਾਂ ਮੈਨੂੰ ਲੱਗਦਾ ਦੌਰ ਜਿਹੜਾ ਚੱਲ ਰਿਹਾ ਇਸ ਟਾਈਮ ਨਾ ਉਹ ਇੱਕ ਦੌਰ ਹੀ ਇੱਦਾਂ ਦਾ ਆ ਰਾਈਟ ਅਤੇ ਮਤਲਬ ਜੋ ਕਿ ਮਤਲਬ ਕਲਾਕਾਰੀ ਜਿੱਥੇ ਘੱਟ ਆ ਅਤੇ ਦਿਖਾਵਾ ਵੱਧ ਆ ਹੁਣ ਥੰਬਨੇਲ ਤੇ ਬਹੁਤ ਵਰਕ ਹੁੰਦਾ ਹੈ ਕੈਪਸ਼ਨ ਕੀ ਪਾਣੀ ਹੈ ਬਹੁਤ ਵਰਕ ਹੁੰਦਾ ਹੈ ਈਵਨ ਦੋ ਕਿ ਕੁਛ ਗੀਤ ਬਹੁਤ ਖੂਬਸੂਰਤ ਨੇ ਪਰ ਉਹਨਾਂ ਨੂੰ ਵਿਊਜ਼ ਨਹੀਂ ਮਿਲਦੇ ਯੂਟਿਊਬ 'ਤੇ ਜਾਂ ਫਿਰ ਸੋਸ਼ਲ ਮੀਡੀਆ 'ਤੇ ਉਨਾ ਅੱਛਾ ਰਿਸਪੋਂਸ ਨਹੀਂ ਮਿਲਦਾ ਜਿਹੜੇ ਤੁਹਾਡੇ ਇੱਕ ਬਣੇ ਹੋਏ ਫੈਨਸ ਨੇ ਉਹ ਤਾਂ ਪਸੰਦ ਕਰਦੇ ਨੇ ਲੇਕਿਨ ਬਾਹਰ ਦੀ ਆਡੀਅੰਸ ਉਹ ਦੇਖਦੀ ਵੀ ਨਹੀਂ ਹੈ ਲੇਕਿਨ ਕੁਛ ਗਾਣੇ ਇੱਦਾਂ ਦੇ ਨੇ ਚਾਹੇ ਉਹਨਾਂ ਦੇ ਅੰਦਰ ਕੋਈ ਕੌਨਸੈਪਟ ਹੈ ਜਾਂ ਨਹੀਂ ਹੈ ਚਾਹੇ ਉਹਨਾਂ ਦੇ ਅੰਦਰ ਇਮੋਸ਼ਨਸ ਆਈਆਂ ਨਹੀਂ ਆ ਪਰ ਉਹਨਾਂ ਦੇ ਕਰੋੜਾਂ ਦੇ ਵਿੱਚ 100 ਕਰੋੜਾਂ ਦੇ ਵਿੱਚ ਵਿਊਜ਼ ਜਾਂਦੇ ਨੇ ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ ਮੈਨੂੰ ਲੱਗਦਾ ਜਿਵੇਂ ਮੈਂ ਹੁਣ ਤਾਂ ਚਲੋ ਬੰਬੇ ਗਏ ਨੂੰ ਵੀ ਕਾਫੀ ਟਾਈਮ ਹੋ ਗਿਆ ਅਤੇ ਉੱਥੇ ਦੇ ਜਿਵੇਂ ਨੌਨ ਪੰਜਾਬੀ ਹੁੰਦੇ ਸੀਗੇ ਜਿਵੇਂ ਉਹਨਾਂ ਨੇ ਦੇਖਣਾ ਕਿ ਨਿਊ ਪੰਜਾਬੀ ਸੌਂਗ ਜੀ ਅਤੇ ਹੁਣ ਜਦੋਂ ਇੱਕ ਮੈਂਟੈਲਿਟੀ ਹੁੰਦੀ ਆ ਬੰਦੇ ਦੀ ਕਿ ਵੀ ਜਿਹੜੇ ਗਾਣੇ ਨੂੰ 2 ਮਿਲੀਅਨ ਬੰਦੇ ਨੇ ਸੁਣਿਆ ਉਹਨੂੰ ਬੰਦਾ ਬਾਅਦ 'ਚ ਸੁਣੂਗਾ ਜਿਹੜੇ ਗਾਣੇ ਨੂੰ 15 ਮਿਲੀਅਨ ਨੇ ਸੁਣਿਆ ਜੀ
ਉਹਨੂੰ ਜਲਦੀ ਸੁਣੂਗਾ ਰਾਈਟ ਕਿ ਜੇ ਆਪਾਂ ਖੁਦ ਵੀ ਦੇਖਦੇ ਆਪਾਂ ਕਹਿੰਦੇ ਨਵਾਂ ਗਾਣਾ ਆਇਆ ਯਾਰ ਆਹ 2 ਦਿਨਾਂ ਦੇ ਵਿੱਚ 20 ਮਿਲੀਅਨ ਹੋ ਗਿਆ ਇਹ ਕਿਉਂ ਨਾ ਸੁਣੀਏ ਹੈ ਨਾ ਅਤੇ ਉਹ ਲੋਕਾਂ ਨੇ ਉਹ ਗੱਲ ਨੂੰ ਜਲਦੀ ਉਸ ਹਿਸਾਬ ਨਾਲ ਹੀ ਲੈ ਲਿਆ ਤਾਂ ਹੀ ਜਿਹੜੇ ਚੰਗੇ ਗਾਣੇ ਹੁੰਦੇ ਤੁਸੀਂ ਕਿਹਾ ਵਿਊਜ਼ ਘੱਟ ਹੁੰਦੇ ਆ ਅਤੇ ਪਰ ਜਦੋਂ ਮੈਂਟੈਲਿਟੀ ਇੱਦਾਂ ਦੀ ਹੋਵੇ ਤਾਂ ਫਿਰ ਵਿਊਜ਼ ਇੱਦਾਂ ਹੀ ਦੇਖੂਗਾ ਨਾ ਬੰਦਾ ਰਾਈਟ ਜੇ ਤੁਹਾਡੇ ਗੀਤਾਂ ਦੀ ਗੱਲ ਕਰੀਏ ਨਵ ਤਾਂ ਤੁਹਾਡੇ ਗੀਤਾਂ ਬੜਾ ਇੱਕ ਮਤਲਬ ਜਿਹੜਾ ਅਰਬਨ ਮਿਊਜ਼ਿਕ ਵੀ ਹੁੰਦਾ ਹੈ ਲੇਕਿਨ ਗਾਣੇ ਦਾ ਜੋ ਮੇਨ ਟੋਨ ਹੁੰਦੀ ਹੈ ਉਹ ਬੜੀ ਸਟਲ ਜੀ ਹੁੰਦੀ ਹੈ ਸਮੂਥ ਜਿਹੇ ਗਾਣੇ ਹੁੰਦੇ ਆ ਉਵੇਂ ਦੇ ਚੱਕਵੇਂ ਗਾਣੇ ਨਹੀਂ ਹੁੰਦੇ ਜਿੱਦਾਂ ਦੇ ਅੱਜ ਕੱਲ੍ਹ ਬਹੁਤ ਪਸੰਦ ਕੀਤੇ ਜਾ ਰਹੇ ਨੇ ਹਰ ਫਾਰਮਰ ਜੀ ਦੀ ਇੱਕ ਪੋਸਟ ਮੈਂ ਦੇਖੀ ਸੀ ਜਿਸ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਸੀਗੀ ਕਿ ਮੇਰਾ ਗਾਣਾ ਤੁਸੀਂ ਕਿਉਂ ਨਹੀਂ ਪਸੰਦ ਕੀਤਾ ਕਿਉਂਕਿ ਬਹੁਤ ਅੱਛਾ ਗੀਤ ਸੀ ਤੁਸੀਂ ਉਹਨਾਂ ਨੂੰ ਅੱਗੇ ਕਮੈਂਟ ਵੀ ਕੀਤਾ ਸੀਗਾ ਹਾਂਜੀ ਸੋ ਮੈਂ ਇਹੀ ਜਾਣਨਾ ਚਾਹੁੰਦੀ ਹਾਂ ਵੀ ਇਸ ਚੀਜ਼ ਨੂੰ ਤੁਸੀਂ ਕਿਸ ਹੱਦ ਤੱਕ ਫੀਲ ਕਰਦੇ ਹੋ ਉਹ ਕਿਤੇ ਮੈਂ ਉਦਾਂ ਹੀ ਆਪਣਾ ਪੇਜ ਫਰੋਲਦਾ ਸੀਗਾ ਉਹਦੇ ਵਿੱਚ ਮੈਨੂੰ ਹਰ ਫਾਰਮ ਦੀ ਉਹ ਪੋਸਟ ਦੇਖ ਗਈ ਹੈ ਨਾ ਮੈਂ ਗਾਣਾ ਸੁਣਿਆ ਗੁਰਮੋਹ ਇਜ਼ ਅ ਗੁੱਡ ਫਰੈਂਡ ਉਹਨੇ ਮੈਨੂੰ ਲੱਗਦਾ ਗੁਰਮੋਹ ਨੇ ਮਿਊਜ਼ਿਕ ਕੀਤਾ ਸੀਗਾ ਗੁਰਮੋਹ ਬਹੁਤ ਅੱਛਾ ਹਰ ਪਰਫਾਰਮਰ ਮੇਰਾ ਵਧੀਆ ਦੋਸਤ ਹੈ ਹਾਂਜੀ ਤੇ ਉਹ ਮਤਲਬ ਜਦੋਂ ਅਸੀਂ ਸ਼ੁਰੂ ਕੀਤਾ ਸੀਗਾ ਮੈਨੂੰ ਲੱਗਦਾ ਉਦੋਂ ਦੇ ਇਕੱਠਿਆਂ ਨੇ ਸ਼ੁਰੂ ਕੀਤਾ ਹੋਇਆ ਤੇ ਗੁਰਮੋਹ ਭਾਜੀ ਨੂੰ ਤਾਂ ਵਧੀਆ ਮੈਨੂੰ ਲੱਗਦਾ ਵੀਰਾ ਵਧੀਆ ਆਪਣਾ ਬਹੁਤ ਪਿਆਰ ਸਾਡਾ ਹੈਗਾ ਤੇ ਅਸੀਂ ਇਕੱਠੇ ਕੰਮ ਵੀ ਕਰ ਰਹੇ ਹਾਂ ਆਉਣ ਵਾਲੇ ਕਿਸੇ ਪ੍ਰੋਜੈਕਟ ਦੇ ਉੱਤੇ ਹੈ ਨਾ ਤੇ ਉਹ ਮੈਂ ਜਦੋਂ ਮੈਂ ਉਹਨੂੰ ਮੈਨੂੰ ਮਖੌਲ ਜਿਹੀ ਦੀ ਥੋੜ੍ਹੀ ਜਿਹੀ ਆਦਤ ਆ ਮੈਨੂੰ ਅੱਜ ਕੱਲ੍ਹ ਮੈਂ ਕਦੇ ਕਦੇ ਇਹ ਨਹੀਂ ਸੋਚਦਾ ਕਿ ਵੀ ਮੇਰੀ ਕੋਈ ਇੱਦਾਂ ਦੀ ਗੱਲ ਕੀਤੀ ਹੈ ਨਾ ਕਿ ਜਲਦੀ ਚੱਕ ਲੈਂਦੇ ਆ ਇੱਕ ਇਹ ਵੀ ਮੈਨੂੰ ਹੁਣ ਦੇਖਣ ਨੂੰ ਮਿਲਦਾ ਆ ਕਿ ਕਿਤੇ ਕਮੈਂਟ ਕੀਤਾ ਹੈ ਨਾ ਉਹ ਵੀ ਇੱਕ ਯੂਟਿਊਬ ਦੀ ਵੀਡੀਓ ਬਣ ਜਾਂਦਾ ਸੋ ਮੈਂ ਜੇ ਕਿਤੇ ਆਪਣੀ ਇੰਸਟਾਗ੍ਰਾਮ ਲਾਈਵ ਮੈਂ ਬਹੁਤ ਘੱਟ ਕਰਦਾ ਜਿਹੜੀਆਂ 2-3 ਕੀਤੀਆਂ ਹੋਣੀਆਂ ਪਹਿਲਾਂ ਤਾਂ ਸਵਾਲ ਪਾਉਣਗੇ ਹੈ ਨਾ ਫੇਕ ਪੇਜਸ ਵਾਲੇ ਤੇ ਉਹ ਬੰਦੇ ਆ ਕੇ ਕੋਈ ਤੁਹਾਨੂੰ ਪੁੱਠੀ ਜਿਹੀ ਗੱਲ ਪੁੱਛਦਾ ਤੇ ਬੰਦਾ ਜਵਾਬ ਦੇ ਦਿੰਦਾ ਉਦੋਂ ਬਾਅਦ 'ਚ ਉਹ ਗਾਣਾ ਉਹ ਚੀਜ਼ ਰਿਕਾਰਡ ਕਰਕੇ ਉਹ ਯੂਟਿਊਬ ਦੇ ਉੱਤੇ ਆ ਜਾਂਦੀ ਆ ਰਾਈਟ ਸੋ ਕੁਛ ਤਾਂ ਮੈਂ ਡਿਲੀਟ ਵੀ ਕਰਵਾਈਆਂ ਹੈ ਨਾ ਥੋੜ੍ਹਾ ਟਾਈਮ ਪਹਿਲਾਂ ਹੀ ਅਤੇ ਉੱਥੇ ਵੀ ਮੈਂ ਇਹੀ ਕਮੈਂਟ ਕੀਤਾ ਸੀਗਾ ਮੈਂ ਕਿਹਾ ਬਈ ਵਿਊ ਤਾਂ ਹੋ ਜਾਣਗੇ ਹੈ ਨਾ ਤੁਸੀਂ ਜਿੰਨਾ ਗੁੜ ਪਾਓਗੇ ਓਨਾ ਹੀ ਮਿੱਠਾ ਹੋਊਗਾ ਅਤੇ ਤੁਸੀਂ ਪੈਸੇ ਦਿਓ ਅਗਲਿਆਂ ਨੂੰ ਅਤੇ 2 ਕੰਪਨੀਜ਼ ਦੇ ਨਾਮ ਮੈਨਸ਼ਨ ਕੀਤੇ ਸੀਗੇ ਅਤੇ ਉਹ ਤਾਂ ਚਲੋ ਹੁਣ ਕਾਹਨੂੰ ਨਾ ਲੈਣਾ ਅਤੇ ਮੈਂ ਉਹਨਾਂ ਨੂੰ ਪੈਸੇ ਦਿਓ ਤੁਹਾਡੇ ਵੀ ਵਿਊਜ਼ ਆਉਣਗੇ ਹੈ ਨਾ ਅਤੇ ਇਹ ਤਾਂ ਮਤਲਬ ਹੈ ਨੀਗਾ ਕਿ ਨਾ ਆਉਣ ਰਾਈਟ ਸੋ ਇਹੀ ਗੱਲ ਸੀਗੀ ਕਿ ਮੈਂ ਇਸ ਲਈ ਸਵਾਲ ਚੱਕਿਆ ਸੀਗਾ ਕਿ ਤੁਹਾਨੂੰ ਲੱਗਦਾ ਪੈਸੇ ਦੀ ਇੰਡਸਟਰੀ ਹੈ ਕਿਉਂਕਿ ਪਹਿਲੇ ਆਰਟਿਸਟ ਦੀ ਸਟਰਗਲ ਪਤਾ ਕੀ ਹੁੰਦੀ ਸੀ ਪੈਸੇ ਇਕੱਠੇ ਕਰਨੇ ਕਿਉਂਕਿ ਗੀਤ ਕਰਨਾ ਜੀ ਲੋਕੇਸ਼ਨ ਹੈ ਗਾਣੇ ਦਾ ਕੌਨਸੈਪਟ ਹੈ ਪ੍ਰੋਡਕਸ਼ਨ ਦੇ ਪੈਸੇ ਹੈ ਹੁਣ ਤਾਂ ਗੇਮ ਸਾਰੀ ਇਸ ਦੀ ਹੈ ਕਿ ਵਿਊਜ਼ ਕਿੱਦਾਂ ਕਲੈਕਟ ਕਰਨੇ ਆ ਪ੍ਰਮੋਸ਼ਨਸ ਨੇ ਵਿਊਜ਼ ਨੇ ਪੇਡ ਹੈ ਜਾਂ ਜਿਵੇਂ ਵੀ ਹੈ ਕਿਉਂਕਿ ਮੈਂ ਇੱਕ ਇੰਟਰਵਿਊ ਕੀਤੀ ਸੀ ਉਹਦੇ ਵਿੱਚ ਗੱਲ ਕਈ ਆਰਟਿਸਟ ਨੇ ਕਿ ਜੇ 100 ਕਰੋੜ ਆਪਣੇ ਵਿਊਜ਼ ਹੈਗੇ ਨੇ ਫੋਰ ਐਗਜ਼ਾਮਪਲ ਠੀਕ ਹੈ ਤੇ ਇੰਨਾ ਪੰਜਾਬੀ ਕਿੱਥੇ ਹੈ ਪਹਿਲੇ ਤੇ ਔਰ ਉਹ ਵਿਊਜ਼ ਕੀ ਸਿਰਫ ਪੰਜਾਬ ਤੋਂ ਨੇ ਜਾਂ ਜਿੱਥੋਂ ਜਿੱਥੋਂ ਵੀ ਹੈਗੇ ਨੇ ਤੇ ਕੀ ਉਹ ਪੰਜਾਬੀਆਂ ਨੇ ਕੀਤੇ ਜੇ ਇਸ ਲੈਵਲ ਤੱਕ ਜਾਇਆ ਜਾਵੇ ਤੇ ਐਕਚੁਅਲ ਚ ਰਿਐਲਿਟੀ ਸਾਹਮਣੇ ਆਉਂਦੀ ਨਹੀਂ ਮੈਨੂੰ ਇਹ ਜਿੱਥੇ ਤੱਕ ਲੱਗਦਾ ਦੇਖੋ ਵਰਲਡ ਵਾਈਡ ਐਡ ਹੁੰਦੀ ਆ ਤੇ ਵਰਲਡ ਵਾਈਡ ਐਡ ਹੁੰਦੀ ਆ ਤੇ ਉੱਥੇ ਆਪਾਂ ਦੇਖਿਆ ਕਈ ਵਾਰੀ ਹੁਣ ਇਹ ਕਹਿੰਦੇ ਟ੍ਰੈਂਡਿੰਗ ਇਨ ਰਸ਼ੀਆ ਜੀ ਟ੍ਰੈਂਡਿੰਗ ਇਨ ਆਪਣਾ ਕਿਸੇ ਹੋਰ ਪਾਸੇ ਹੈ ਨਾ ਉੱਥੇ ਪੰਜਾਬੀ ਤਾਂ ਹੈ ਨਹੀਂ ਗਏ ਇੰਨੇ ਤੇ ਮਤਲਬ ਉਧਰਲੇ ਪਾਸੇ ਟ੍ਰੈਂਡਿੰਗ ਕਿੱਦਾਂ ਹੋ ਗਿਆ ਟ੍ਰੈਂਡਿੰਗ ਤਾਂ ਹੋਊਗਾ ਕਿ ਇੱਕ ਏਰੀਏ ਦੇ ਬੰਦਿਆਂ ਨੇ ਇੰਨੀ ਵਾਰ ਵੇਖਿਆ ਤੇ ਉੱਥੇ ਮਤਲਬ ਜੇ ਹੁਣ ਪੰਜਾਬ ਦੀ ਟ੍ਰੈਂਡਿੰਗ ਦੀ ਗੱਲ ਕਰੀਏ ਪੰਜਾਬ 'ਚ ਟ੍ਰੈਂਡਿੰਗ ਹੁੰਦਾ ਨਹੀਂ ਗਾ ਪੰਜਾਬੀ ਗਾਣਾ ਵਾ ਤੇ ਉਹ ਗਾਣਾ ਹੋਈ ਜਾਂਦਾ ਰਸ਼ੀਆ ਦੇ ਵਿੱਚ ਟ੍ਰੈਂਡ ਸੋ ਇਹ ਚੀਜ਼ ਵਰਲਡ ਵਾਈਡ ਵਿਊਜ਼ ਹੁੰਦੇ ਆ ਮੈਨੂੰ ਉਹਦੀ ਐਡ ਵੀ ਸਸਤੀ ਹੁੰਦੀ ਆ ਮੈਨੂੰ ਵੀ ਮੈਸੇਜ ਆਉਂਦਾ ਜਦੋਂ ਮੈਂ ਗਾਣਾ ਕੱਢਣਾ ਹੁੰਦਾ ਮੈਸੇਜ ਆਉਣ ਲੱਗ ਪੈਂਦੇ ਨਾਲ ਹੀ ਨਵੇਂ ਨਵੇਂ ਬੰਦਿਆਂ ਦੇ ਕਿ ਭਾਅ ਜੀ ਐਡ ਕਰਾਉਣੀ ਆ ਐਡ ਕਰਾਉਣੀ ਆ ਤੇ ਮੈਂ ਦੇਖਦਾ ਹੁੰਦਾ ਮੈਂ ਕਿਹਾ ਵੀ ਨਹੀਂ ਕਰਾਉਣੀ ਹੈ ਨਾ ਪਹਿਲੀ ਗੱਲ ਤਾਂ ਰੁਪਈਏ ਲਾਓ ਅਤੇ ਹੁਣ ਮੈਂ ਆਪਣੀ ਕੰਪਨੀ ਬਣਾਈ ਸੀ ਉਹਦਾ ਨਾਮ ਵੀ ਨਵ ਮਿਊਜ਼ਿਕ ਕਿ ਨਿਊ ਮਿਊਜ਼ਿਕ ਮੇਰੇ ਵੱਲੋਂ ਹੈ ਨਾ ਕਿ ਨਿਊ ਮਿਊਜ਼ਿਕ ਆ ਅਤੇ ਮੈਂ ਨਵੇਂ ਜਿੰਨੇ ਵੀ ਗਾਉਂਦੇ ਹੈ ਨਾ ਕਿਉਂਕਿ ਹੁਣ ਤਾਂ ਮੌਕਾ ਮਿਲਦਾ ਨਹੀਂ ਕੋਈ ਦਿੰਦਾ ਵੀ ਨੀਗਾ ਅਤੇ ਫ੍ਰੀ 'ਚ ਗਾਣਾ ਵੀ ਨਹੀਂ ਕੋਈ ਪਾਉਂਦਾ ਕਿਸੇ ਦਾ ਨਾ ਗਾਣਾ ਕਿ ਵੀ ਆਪਾਂ ਅਪਲੋਡ ਕਰ ਦਈਏ ਯੂਟਿਊਬ ਦੇ ਉੱਤੇ ਜਾਂ ਕੰਪਨੀ ਦੇ ਉੱਤੇ ਕਿ ਅਗਲੇ ਦਾ ਕਿਸੇ ਦਾ ਗਾਣਾ ਆ ਜੇ ਹੈ ਨਾ ਨਵੇਂ ਬੰਦੇ ਦਾ ਅਤੇ ਹੁੰਦਾ ਇੱਦਾਂ ਵੀ ਹੈ ਕਿ ਚੰਗਾ ਗਾਉਂਦੇ ਹੁੰਦੇ ਆ ਚੰਗਾ ਲਿਖਦੇ ਵੀ ਹੁੰਦੇ ਆ ਹੈ ਨਾ ਸੋ ਉਹਨਾਂ ਨੂੰ ਮੌਕਾ ਕਦੋਂ ਮਿਲੂਗਾ ਕਿ ਸਾਰੇ ਤਾਂ ਆਪਣੇ ਧੰਦੇ ਦੇ ਵਿੱਚ ਪਏ ਆ ਹੈ ਨਾ ਕਿ ਸਾਰਿਆਂ ਨੂੰ ਆਪਣਾ ਕਿ ਹਾਂ ਅਸੀਂ ਆਰਟਿਸਟ ਪਹਿਲਾਂ ਸਾਈਨ ਕਰਦੇ ਆ ਫਿਰ ਉਹਦੇ ਗਾਣੇ ਕੱਢਦੇ ਆ ਫਿਰ ਉਹਨੂੰ ਟ੍ਰੈਂਡਿੰਗ 'ਚ ਦਿਖਾਉਂਦੇ ਆ ਸੋ ਇੱਕ ਨਾ ਬਿਜ਼ਨਸ ਬਣ ਗਿਆ ਇੱਥੇ ਮਤਲਬ ਕਲਾ ਦੀ ਵੈਲਿਊ ਤਾਂ ਰਹੀ ਨਹੀਂ ਗੀ ਇੱਥੇ ਤਾਂ ਮਤਲਬ ਉਹ ਚੀਜ਼ ਇੱਕ ਭੇਡ ਚਾਲ ਵੀ ਚੱਲੀ ਜਾਂਦੀ ਆ ਅੱਛਾ ਜੀ ਅਤੇ ਜਦੋਂ ਹੁਣ ਕਿਸੇ ਦੇ ਆਪਾਂ ਦੇਖਦੇ ਮੈਂ ਵੀ ਕਈ ਵਾਰੀ ਸੋਚਦਾ ਹੁੰਦਾ ਯਾਰ ਕਿ ਆਹ ਗਾਣਾ ਇਹ ਵੀ ਕੱਲ੍ਹ ਆਇਆ ਹੈ ਨਾ ਮੇਰਾ ਗਾਣਾ ਵੀ ਕੱਲ੍ਹ ਹੀ ਆਇਆ ਅਤੇ ਇਹ ਵੀ 25 ਮਿਲੀਅਨ ਨੇ ਦੇਖ ਲਿਆ ਅਤੇ ਹੁਣ ਮੇਰੇ ਵਾਲਾ 1.5 ਮਿਲੀਅਨ 'ਤੇ ਮਸਾਂ ਪਹੁੰਚਿਆ ਹੈ ਨਾ ਕਿ ਇਹਦਾ ਮਤਲਬ ਸੁਣਨਾ ਤਾਂ ਉਹ ਵੀ ਕਿਸੇ ਨੇ ਨਹੀਂ ਸੋ ਲੋਕਾਂ ਨੇ ਕਹਿਣਾ ਹੌਲੀ ਹੌਲੀ ਜਾ ਕੇ ਉਹ ਗਾਣੇ ਨੂੰ ਮੰਨਣਗੇ ਕਿ ਹਾਂ 5-6 ਮਹੀਨੇ ਬਾਅਦ ਮੈਂ ਤਾਂ ਵੀ ਗਾਣਾ ਕਰਦਾ ਜੇ ਕਿਤੇ ਮੈਂ ਐਂ ਵਿਊਜ਼ ਮੇਰੇ ਵਾਲੇ ਗਾਣੇ ਦੇ ਵੀ ਇੱਦਾਂ ਹੀ ਹੁੰਦੇ ਹੈ ਨਾ ਕਿ ਵੀ 2 ਕੁ ਦਿਨਾਂ ਬਾਅਦ ਮੈਂ 20 ਮਿਲੀਅਨ ਦਾ ਉੱਤੇ ਪੁੱਛ ਲਾਇਆ ਹੁੰਦਾ ਅਤੇ ਵਰਲਡ ਵਾਈਡ ਵਿਊਜ਼ ਦੇ ਵਿੱਚ ਉਹ ਟ੍ਰੈਂਡਿੰਗ ਹੁੰਦਾ ਉਹ ਗਾਣੇ ਨੇ ਜਲਦੀ ਕਲਿੱਕ ਕਰ ਜਾਣਾ ਸੀਗਾ ਕਿਉਂਕਿ ਲੋਕਾਂ ਕੋਲ ਇੰਨਾ ਸਮਾਂ
हर रोज़ मतलब देखा जाए तो हर आर्टिस्ट की गल करते हैं आप कि उन्हें महीने को बाद गाना करना होंगे महीने तो भी पहले ही गाना कर देंगे कई तो रोज़ ही लगे हुए कई तो गल तो मतलब उन्होंने को हाँ रुपये है उन्होंने लाई जाने तो उधरों कमाई भी जाने सो उन्होंने इधर उधर देखते नहीं है कि हाँ की गा रहा को ही सेम टॉपिक पर भजी जाता काम है ना बार बार गाना भी मेरा तुम गाना भी देखोगे मेरे गाने भी डिफरेंट होंगे आपके गाने तो भी अलग होंगे तो बाकी जो होर किसी की आप गल करिए ना आप किसी गाने जवाब देना है ना सो एक सोचनी दी गल आ मैनू लगदा है चीज़ बिल्कुल क्योंकि तुसी खुद ही गल कीती कि एक स्टेटमेंट नू चक लैंदे ने और फिर यूट्यूब पे वो वीडियोज़ चलदे ने मैनू लगदा है उन्हां वीडियोज़ दा रिस्पोंस भी गाणियां नालों ज़्यादा ही आ जांदा है सो एक वीडियो मैं होर देख रही सी पाना हाँ जी ठीक है और गुलाब ठीक है सो की लगदा है ना प्रॉब्लम कित्थे है देखो ये वाकई एक कॉन्ट्रोवर्सी दी गेम रह गई है या फिर एक गिव एंड टेक दी गेम रह गई है या फिर अपने आप नू लाइमलाइट ते हाईलाइट करन वाली गेम रह गई है मतलब की सोच दे हो तुसी हुण मैनू नहीं सी पता वो की मेरा जिहड़ा राइटर सीगा मुंडा कद्दू नवदीप जी ते मैं उहदे गाने गाए उहदे लिखे गाने गाए काफी है ना ते मेरी हुण एल्बम दे विच जिहड़ी मैं एल्बम कीती सीगी ते अंडररेटेड नाम सी उहदा ते उहदे विच उहदे काफी गाने सीगे है ना सो हुण आपां एक टीम मैंबर आ है ना साडा एक तरह दा भरा वा है ना उहदी गल कोई लिखी उहने अपने स्टेटस दे उत्ते मैनू नहीं पता कौन सी गुलाब जी ते उहनां ने उहने गल पाई उह ते मैं उह स्क्रीनशॉट लै के ते उहनूं टैग उह थल्ले उहदा नाम लिख के उहनूं टैग कीता होया ते उह मैं शेयर करती उह मैनूं बाद च पता लगा कि आह तां वी मैनूं मैसेज करी जांदे लोकी है ना कि आह की गल हो गई ते फिर मैं दिमाग लाया कि यार पतंदर उहनूं कही जांदा है ना ते उहनूं मैं पुछया मैं कहा आह की स्यापा पै गया ते कहिंदा बई मैं उहनूं लिखी सी इह गल अच्छा जी मैं कहा चल कोई नहीं हुण लिखती तां फिर हुण जे सही होगी तां तूं सही होएगा तां वी चलो पता लग जूगा है ना उह गल उत्थों चक के उहनां ने फिर मुद्दा बण गया उहनां नूं इह चीज़ दा ऐं हो गया कि वी मैनूं फेम चाहीदा भला राइट मैं यही वीडियो देखी क्योंकि आई नो यू पर्सनली समवेयर है ना आप पहले भी गलबात की थी सो मैं खुद वो वीडियो देख के बड़ी हैरान सी कि मतलब सिद्धू दा नाम नव लै रहे ने जस्ट फॉर फेम इदा तो पॉसिबल ही नहीं है क्योंकि याद आप गाने भी बैक टू बैक कर रहे हैं है ना हर कोशिश कर रहे हैं फिर तो चीज़ समझ चो भी आ रही है एकदम उठ के कोई इंसान इदा करन लग जाए सो मैं यही सोचा सी कि मैं जरूर इस गल बारे तुहानू पुछांगी कि वट मतलब की कितों शुरुआत हुई कितों शुरू होया सीगा बस आई मैं वो स्क्रीनशॉट जा चक्के उधर पाता ते फिर चलो होर भी गल्लां सीगियां जिहड़ियां कि होईयां उस तों बाद वो गल्लां हुण इंटरव्यू दे विच आपां करदे चंगे भी नहीं लगदे हैं ते मुद्दा फिर चक्या जाणा नहीं ते ओके आई अंडरस्टैंड अच्छा तुसी एल्बम दी गल कीती हुण तां बहुत मतलब हर आर्टिस्ट एल्बम फिर तो एक दौर जिहा शुरू हो गया है ना सो एल्बम करांगे आपां हुण मैं कीती सी कि मेरी जनवरी दे विच मैनूं लगदा सब तो पहला एल्बम मेरी आई होनी ओके ते उहदे मैं वीडियोज़ नहीं कीते क्योंकि मैं जाना सीगा इत्थे लंडन जाना सीगा ते वो मैं जा नहीं पाया हजे ते फिर आह जिहड़ा हुण गाना आया इक इह गाना आ गया है ना ते वो गाने हजे मैं वीडियोज़ करनी उहदियां मैं करूँगा जरूर पर देख लिया दिस ईयर मैनूं लगदा मैं करूँगा ठीक है फिर तुसी व्यूज़ की गल कर रहे हो मैं भी उस बारे च बार बार उत्थे ही आ रही हूँ क्योंकि ये चीज़ा है ने जो एक्चुअल दे विच जिहड़े तुहानू प्यार करते होंगे फैनस ना उन्होंने दिलों के होंदिया ने गाने की गल जेकर आप गल करिए तो सिद्धू की ही एक न्यू एल्बम आप सारे जानते हैं बहुत ज़्यादा बस क्रिएट है बहुत क्रेज़ उस टाइम वह चलता पे सो वे तो रैगूलर बेसिस पर गाने आ रहे हैं हर गाना ट्रेंड कर रहा है हर गाने के व्यूज़ इन्ने ज़्यादा यू नो मिलियंस दे विच जा रहे ने सो तुहानू की लगता है कि एक मैनेजमेंट टीम की स्ट्रैटेजी होंदी है या फिर कोई वक्त अजिहा होंदा है नहीं देखो एक तो कंटीन्यूअसली गाने आई जान वो भी आते है ना हुण दौर चल रहा तो वह गा रहा तो गाने वे आ रहे बार बार वधिया गाने कुछ चंगे भी है कुछ माड़े भी है जिदा के भी है सो हर बंदे की अपने अपनी सोच के उत्ते गाने होंदे आ टीम वर्क बहुत जरूरी होंदा तो वधिया लगे ने मैं तो कहना कि अपना चैनल आ इंडिपेंडेंट आर्टिस्ट आ तो करना भी चाहिए तो वह की होंगे इंडिपेंडेंट जिन्हें भी आर्टिस्ट ने उन्होंने होर मौका मिलता तो देखता अगला कहता यह जो करता क्यों नहीं असी किया जाए हूँ ता ही तुम देखा होना कि इंडिपेंडेंट आर्टिस्ट जिन्हें भी आ मेरा भी खुद का चैनल अपना है ना तो होर भी आप देखते हैं किन्ने हर बंद ने अज कंप पहला असं कंपनियों के गाने करते होंगे सके जिन्हें पुराने आर्टिस्ट है वह भी सारे कंपनियों के गाने करते होंगे हूँ सारे बंद इंडिपेंडेंट हो गए तो हूँ वधिया जो मर्जी गाना कर सकते किसी को कोई लैन देन नहीं उस है ना नहीं कि करते होंगे कंपनियां एक बार गाना करके गाना चल गया तो मुड़ के गाना 6-7 महीने बाद कर देंगे सो वो चीज़ हट गई है पिछे हूँ दौर बदल गया है ना नवा नवी जनरेशन आ गई सारी तो चंगी गल ही है ये चीज़ तो मैं लगता वधिया ही अच्छी गल है ना सो अपना
ਹੁਣ ਕਿਵੇਂ ਚੱਲ ਰਿਹਾ ਕਿਉਂਕਿ ਪਿੱਛੇ ਜੀ ਜਦੋਂ ਆਪਣੀ ਗੱਲ ਹੋਈ ਸੀ ਉਦੋਂ ਕੋਈ ਮੈਨੇਜਮੈਂਟ ਟੀਮ ਸੀਗੀ ਨਹੀਂ ਹੈ ਨਾ ਸੋ ਤੁਹਾਨੂੰ ਲੱਗਦਾ ਸੀਗਾ ਕਿ ਕਿਤੇ ਨਾ ਕਿਤੇ ਇਹ ਵੀ ਇੱਕ ਵੀਕ ਪੁਆਇੰਟ ਹੈ ਇੱਕ ਆਰਟਿਸਟ ਮਗਰ ਸੋ ਹੁਣ ਤਾਂ ਤੁਹਾਡੀ ਮੈਨੇਜਮੈਂਟ ਟੀਮ ਹੈ ਸੋ ਹੁਣ ਬੈਕ ਟੂ ਬੈਕ ਆਪਾਂ ਗਾਣੇ ਦੇਖਾਂਗੇ ਬੈਕ ਟੂ ਬੈਕ ਗਾਣੇ ਮੈਨੂੰ ਲੱਗਦਾ ਫਿਰ ਵੀ ਹਜੇ ਥੋੜ੍ਹਾ ਗੈਪ ਤਾਂ ਹੋਊਗਾ ਵਿੱਚ ਕਿਉਂਕਿ ਮੈਨੂੰ ਲੱਗਦਾ ਕੋਈ ਹਰੀ ਨਹੀਂ ਹੈਗੀ ਮੈਨੂੰ ਕੋਈ ਕਾਲੀ ਨਹੀਂ ਹੈਗੀ ਮੈਨੂੰ ਕਦੇ ਵੀ ਕਾਲੀ ਹੈ ਨਹੀਂ ਸੀਗੀ ਅਤੇ ਮੈਨੂੰ ਇਹ ਵੀ ਨਹੀਂ ਲੱਗਦਾ ਕਿ ਬੰਦੇ ਦਾ ਦੌਰ ਆਉਂਦਾ ਦੌਰ ਚਲੇ ਜਾਂਦਾ ਅਤੇ ਮੈਨੂੰ ਗਾਇਕੀ ਨਾਲ ਪਿਆਰ ਆ ਜੀ ਅਤੇ ਮੈਨੂੰ ਆਏ ਨਹੀਂ ਹੈਗਾ ਕਿ ਇੱਕਦਮ ਹੀ ਇਕੱਠੇ ਹੀ ਕਰ ਲਓ ਅਤੇ ਹੌਲੀ ਹੌਲੀ ਕਿਉਂਕਿ ਪਹਿਲਾਂ ਮੈਂ ਲਿਖਦਾ ਨਹੀਂ ਸੀ ਹੁੰਦਾ ਅਤੇ ਹੁਣ ਤੁਸੀਂ ਇਹ ਦੇਖੋਗੇ ਮੇਰੀ ਐਲਬਮ ਦੇ ਵਿੱਚ ਮੈਂ ਖੁਦ ਦੇ ਗਾਣੇ ਲਿਖੇ ਹੋਏ ਆ ਅਤੇ ਹੁਣ ਜਿਹੜੇ ਹੋਰ ਵੀ ਆਉਣਗੇ ਉਹ ਵੀ ਮੇਰੇ ਖੁਦ ਦੇ ਲਿਖੇ ਹੋਏ ਆ ਕਿ ਮੈਂ ਸਿੱਖਦਾ ਸਿੱਖਦਾ ਮੈਂ ਐਮ ਬੀ ਏ ਕਰਦਾ ਹੁੰਦਾ ਸੀਗਾ ਅਤੇ ਮੈਂ ਕਦੇ ਗਾਇਕੀ ਲਈ ਤਾਂ ਬਣਿਆ ਨਹੀਂ ਸੀਗਾ ਉੱਦਾਂ ਮੈਂ ਕਿ ਤਿਆਰ ਹੋਵਾਂ ਕਿ ਸ਼ੁਰੂ ਤੋਂ ਹੀ ਮੈਂ ਇੱਦਾਂ ਕਿਹਾ ਹੋਵੇ ਕਿ ਮੈਂ ਗਾਉਣ ਹੀ ਲੱਗਣਾ ਸੋ ਮੈਂ ਜੇ ਇੱਦਾਂ ਹੁੰਦਾ ਤਾਂ ਮੈਂ ਕਦੇ ਐਮ ਬੀ ਏ ਕਰਦਾ ਨਾ ਅਤੇ ਇਹ ਚੀਜ਼ ਮੈਨੂੰ ਲੱਗਦਾ ਰੱਬ ਨੇ ਬਖਸ਼ੀ ਅਤੇ ਮੈਂ ਇੱਧਰ ਨੂੰ ਆਇਆ ਐਮ ਬੀ ਏ ਤੋਂ ਬਾਅਦ ਮੈਂ ਗਾਣਾ ਕੱਢਿਆ ਪਹਿਲਾਂ ਹੈ ਨਾ ਅਤੇ ਉਹ ਗਾਣਾ ਫਿਰ ਹੁਣ ਵੱਡਾ ਹੋਇਆ ਉਹ ਗਾਣਾ ਹੈ ਨਾ ਅਤੇ ਉਹ ਤੋਂ ਬਾਅਦ ਮੈਨੂੰ ਕਰਨਾ ਪੈਣਾ ਹੀ ਸੀਗਾ ਉਹ ਵੀ ਮੈਂ ਤਾਂ ਹੀ ਟਰਾਈ ਮਾਰਦਾ ਸੀਗਾ ਕਿ ਵੀ ਦੇਖਾਂ ਹੈ ਨਾ ਕੀ ਬਣਦਾ ਕਿ ਗਾਣਾ ਕਿੱਦਾਂ ਪਸੰਦ ਕਰਦੇ ਆ ਸਾਰੇ ਅਤੇ ਉਹ ਗਾਣੇ ਨੂੰ ਪਸੰਦ ਵੀ ਕੀਤਾ ਅਤੇ ਫਿਰ ਹੁਣ ਬਾਲੀਵੁੱਡ ਦੇ ਵਿੱਚ ਵੀ ਆ ਗਿਆ ਰਾਈਟ ਫਿਰ ਮੈਨੂੰ ਇਹ ਵੀ ਨਹੀਂ ਸੀ ਕਦੇ ਪਤਾ ਕਿ ਮੈਂ ਹਿੰਦੀ ਵੀ ਗਾ ਲੂੰਗਾ ਮੈਂ ਹਿੰਦੀ ਗਾਣੇ ਵੀ ਗਾਉਣ ਲੱਗ ਗਿਆ ਜੀ ਅਤੇ ਲਿਖਣ ਵੀ ਲੱਗ ਗਿਆ ਸੋ ਮੈਂ ਇਹ ਕਰਦੇ ਸਿੱਖਦੇ ਸਿੱਖਦੇ ਮੈਂ ਇੱਥੇ ਤੱਕ ਪਹੁੰਚਿਆ ਹੈ ਨਾ ਅਤੇ ਮੈਨੂੰ ਲੱਗਦਾ ਕਿ ਹਾਂ ਬੰਦੇ ਨੇ ਐਵਰੀ ਡੇ ਕੁਛ ਨਾ ਕੁਛ ਸਿੱਖਣਾ ਹੀ ਹੁੰਦਾ ਵਾ ਅਤੇ ਉਵੇਂ ਚੱਲਦੇ ਚੱਲਦੇ ਤਾਂ ਚਲੋ ਚੱਲ ਹੈਗੀ ਹੈ ਨਾ ਅਤੇ ਉੱਧਰ ਲੱਗੇ ਹੋਏ ਇੱਕ ਲਾਈਨ ਦੇ ਵਿੱਚ ਪਿਆ ਹੋਇਆ ਅਤੇ ਕੋਈ ਕਾਹਲੀ ਨਹੀਂ ਹੈਗੀ ਅੱਛਾ ਕਿਹੋ ਜਿਹਾ ਫੀਲ ਸੀ ਜਦੋਂ ਸਕਰੀਨ 'ਤੇ ਦੇਖਿਆ ਕਿ ਕੰਗਨਾ ਰਨੌਤ ਐਂਡ ਰਾਜਕੁਮਾਰ ਰਾਓ ਤੁਹਾਡੇ ਗਾਣੇ 'ਤੇ ਪਰਫੋਰਮ ਕਰ ਰਹੇ ਉਹਨਾਂ ਦੀ ਫਿਲਮ ਦਾ ਗੀਤ ਹੈ ਇਹ ਵੱਖਰਾ ਸਵੈਗ ਮੈਨੂੰ ਪਤਾ ਸੀਗਾ ਕਿ ਗਾਣਾ ਰੀਮੇਕ ਹੋ ਗਿਆ ਅਤੇ ਉਹ ਗਾਣਾ ਆ ਰਿਹਾ ਅਤੇ ਪਰ ਮੈਨੂੰ ਇੱਦਾਂ ਨਹੀਂ ਸੀ ਪਤਾ ਕਿ ਕੱਲ੍ਹ ਨੂੰ ਆ ਰਿਹਾ ਕਿ ਵੀ ਉਹ ਗਾਣਾ ਮੂਵੀ ਦੇ ਵਿੱਚ ਆ ਰਿਹਾ ਜਜਮੈਂਟਲ ਹੈ ਕਿ ਆਹਦੇ ਵਿੱਚ ਆ ਰਿਹਾ ਉਹ ਮੈਨੂੰ ਪਤਾ ਸੀਗਾ ਅਤੇ ਪਰ ਇਹ ਨਹੀਂ ਸੀ ਪਤਾ ਕਿ ਉਹਦਾ ਗਾਣਾ ਜਿਹੜਾ ਕੀ ਹੁੰਦਾ ਆਪਣਾ ਕੀ ਹੁੰਦਾ ਵਾ ਉਹ ਕਿ ਇੱਕ ਮੂਵੀ ਦਾ ਪ੍ਰਮੋਸ਼ਨਲ ਟਰੈਕ ਹਾਂਜੀ ਕਿ ਉਹ ਗਾਣਾ ਪ੍ਰਮੋਸ਼ਨਲ ਟਰੈਕ ਹੋਊਗਾ ਅਤੇ ਉਹ ਜਦੋਂ ਮੈਂ ਸਵੇਰੇ ਉੱਠਿਆ ਹੈ ਨਾ ਅਤੇ ਮੈਸੇਜ ਆਉਣ ਲੱਗ ਗਏ ਕਿ ਬਾਈ ਤੇਰਾ ਗਾਣਾ ਆ ਗਿਆ ਯਾਰ ਬਾਲੀਵੁੱਡ ਦੇ ਵਿੱਚ ਗਾ ਮੈਂ ਅੱਛਾ ਯਾਰ ਇੱਦਾਂ ਵੀ ਹੋ ਜਾਂਦਾ ਹੁੰਦਾ ਕਿ ਮੈਨੂੰ ਹੁਣ ਪਤਾ ਸੀਗਾ ਹੁਣ ਕਿਸੇ ਨੂੰ ਜਦੋਂ ਕੋਈ ਆਪਣਾ ਯਾਰ ਦੋਸਤ ਉਹਨੂੰ ਇੱਦਾਂ ਨਹੀਂ ਦੱਸੀਦਾ ਕਿ ਹਾਂ ਵੀ ਆਹ ਗਾਣਾ ਸੱਚੀ ਆ ਰਿਹਾ ਉਹਨੂੰ ਨਹੀਂ ਪਤਾ ਹੁੰਦਾ ਕਿ ਕਈਆਂ ਨੂੰ ਨਾਲ ਰਹਿੰਦਿਆਂ ਨੂੰ ਵੀ ਨਹੀਂ ਸੀ ਪਤਾ ਕਿ ਅੱਛਾ ਯਾਰ ਤੂੰ ਦੱਸਿਆ ਹੀ ਨਹੀਂ ਆਹ ਕੰਮ ਵੀ ਹੋ ਗਿਆ ਹੈ ਨਾ ਅਤੇ ਉਹ ਵਧੀਆ ਲੱਗਾ ਕਿ ਹਾਂਜੀ ਉਸ ਤੋਂ ਬਾਅਦ ਗਾਣੇ ਨੂੰ ਵੀ ਵਧੀਆ ਬਣਾਇਆ ਵੀ ਵਧੀਆ ਸੀ ਸੁੱਖ ਨਾਲ ਪਹਿਲੀ ਵਾਰੀ ਮੈਨੂੰ ਲੱਗਦਾ ਬਹੁਤ ਅੱਛਾ ਗਾਣਾ ਸੀ ਤੁਹਾਡਾ ਪਹਿਲਾਂ ਉਦੋਂ ਵੀ ਆਪਣੀ ਗੱਲ ਹੋਈ ਸੀ ਨਫ ਕਿਤੇ ਨਾ ਕਿਤੇ ਲੱਗਦਾ ਹੈ ਕਿ ਜੇ ਅੱਜ ਵੀ ਤੁਸੀਂ ਬਾਦਸ਼ਾਹ ਦੇ ਨਾਲ ਉਵੇਂ ਹੀ ਹੁੰਦੇ ਤਾਂ ਸ਼ਾਇਦ ਇੱਕ ਜੋ ਹਾਈਪ ਹੈ ਉਹ ਨੈਕਸਟ ਲੈਵਲ ਹੁੰਦੀ ਹੋ ਸਕਦਾ ਹੋ ਸਕਦਾ ਮੇਰੀ ਸਾਡੀ ਗੱਲ ਹੋਈ ਸੀਗੀ ਥੋੜ੍ਹਾ ਟਾਈਮ ਪਹਿਲਾਂ ਹੋਈ ਸੀ ਜਿਹਦੇ ਮੈਨੂੰ ਹੀ ਲੱਗਾ ਕਿ ਬਈ ਮੈਂ ਕਿਤੇ ਗਰਮੀ ਗਰਮੀ ਕੁਛ ਜ਼ਿਆਦਾ ਬੋਲਤਾ ਅਤੇ ਮੈਨੂੰ ਬੋਲਣ ਨਹੀਂ ਸੀ ਚਾਹੀਦਾ ਹੈ ਨਾ ਸਾਡੀ ਗੱਲ ਵੀ ਹੋ ਗਈ ਸੀ ਵਾਪਸ ਅਤੇ ਹੋ ਸਕਦਾ ਸੀ ਮਿਲੀਏ ਵੀ ਹੈ ਨਾ ਅਤੇ ਉਹ ਕਰਦੇ ਪਰ ਮੈਨੂੰ ਨਾ ਦੇਖੋ ਸੋਚ ਸੋਚ ਦਾ ਫਰਕ ਹੁੰਦਾ ਮੇਰੀ ਸੋਚ ਕੁਛ ਹੋਰ ਸੀਗੀ ਬਾਦਸ਼ਾਹ ਦੀ ਉਹਦੀ ਕੁਛ ਹੋਰ ਸੀਗੀ ਅਤੇ ਜਿੱਥੇ ਉਹ ਚੀਜ਼ਾਂ ਦਾ ਫਰਕ ਪਵੇ ਅਤੇ ਮੈਨੂੰ ਲੱਗਦਾ ਫਿਰ ਉੱਥੇ ਪਿਆਰ ਅਤੇ ਉਸ ਹਿਸਾਬ ਦਾ ਰਹਿੰਦਾ ਨੀਗਾ ਅਤੇ ਜਾਂ ਐ ਹੋਵੇ ਕਿ ਵੀ ਦੋਨਾਂ ਦੀ ਸੋਚ ਨੂੰ ਮਿਲਾ ਕੇ ਕਿਤੇ ਇੱਕ ਥਾਂ 'ਤੇ ਖੜ੍ਹਦੇ ਹੋਈਏ ਅਤੇ ਮੈਨੂੰ ਇੱਦਾਂ ਦਾ ਕੁਛ ਨਹੀਂ ਲੱਗਦਾ ਕਿ ਵੀ ਉਹਦੇ ਨਾਲ ਹੋਣ ਦਾ ਜਾਂ ਮੇਰੇ ਨਾਲ ਹੋਣ ਦਾ ਫਰਕ ਪੈਂਦਾ ਕਿ ਹਾਂ ਸਾਡਾ ਕੰਬੀਨੇਸ਼ਨ ਜਦੋਂ ਹੁੰਦਾ ਤਾਂ ਬਹੁਤ ਵਧੀਆ ਹੁੰਦਾ ਅਤੇ ਅਸੀਂ ਅੱਜ ਵੀ ਇਕੱਠੇ ਹੋਈਏ ਹਾਂ ਕੱਲ੍ਹ ਨੂੰ ਵੀ ਇਕੱਠੇ ਹੋਈਏ ਹੈ ਨਾ ਉਹ ਵਧੀਆ ਹੋਊਗਾ ਸੋ ਫੈਨਸ ਮਤਲਬ ਇਮੇਜਿਨ ਕਰ ਸਕਦੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਵੀ ਹੋ ਸਕਦਾ ਦੁਬਾਰਾ ਸਾਡਾ ਸਾਰਾ ਕੁਝ ਸੌਟ ਆ ਤੇ ਹਾਂਜੀ ਹਾਂ ਸਾਰਾ ਕੁਝ ਸੌਟਡ ਆ ਤੇ ਕੁਝ ਵੀ ਹੋ ਸਕਦਾ ਕਿਸੇ ਨਾਲ ਵੀ ਆ ਸਕਦਾ ਹੋਰ ਵੀ ਕਈ ਨਾਮ ਨੇ ਮੈਂ ਲੈਣਾ ਨਹੀਂ ਚਾਹੂੰਗਾ ਕਿ ਜਿੰਨਾ ਅੱਛਾ ਨਾਮ ਨਹੀਂ ਹੈ ਨਹੀਂ ਵਧੀਆ ਨਾ ਕਹਿਣ ਫਿਰ ਲੈਣਾ ਕਿਉਂ ਨਹੀਂ ਚਾਹੁੰਦੇ ਨਹੀਂ ਐਵੇਂ ਫਿਰ ਹੁਣ ਮਤਲਬ ਪਹਿਲਾਂ ਲੀਕ ਆਊਟ ਹੋ ਜਾਂਦੀ ਹੈ ਨਾ ਗੱਲ ਫਿਰ ਕਈ ਵਾਰੀ ਕਹਿੰਦੇ ਅੱਜ ਕੱਲ੍ਹ ਤਾਂ ਮਤਲਬ ਸੁਪਨੇ ਵੀ ਨਹੀਂ ਦੱਸੀ ਦਿੰਦੇ ਮਤਲਬ ਇਹ ਤਾਂ ਜਿਹੜੇ ਪੱਕੇ ਕੰਮ ਨੇ ਉਹ ਦੱਸ ਦਿੰਦੇ ਰਾਈਟ ਬਟ ਫਿਰ ਵੀ ਨੇਮ ਵਨ ਕਿ ਜਿਹਦੇ ਨਾਲ ਸ਼ਾਇਦ ਤੁਹਾਡੇ ਫੈਨਸ ਨੂੰ ਸੁਣ ਕੇ ਬਹੁਤ ਖੁਸ਼ੀ ਹੋਏ ਸੋ ਬਾਦਸ਼ਾਹ ਵਾਲਾ ਵੀ ਮੈਨੂੰ ਲੱਗਦਾ ਇੱਕ ਸਰਪ੍ਰਾਈਜ਼ ਪੈਕੇਜ ਹੀ ਹੋਏਗਾ ਕਿਉਂਕਿ ਬਹੁਤ ਹੁਣ ਤਾਂ ਇੰਨਾ ਗੈਪ ਪੈ ਚੁੱਕਿਆ ਕਿ ਲੋਕਾਂ ਨੂੰ ਇਹ ਲੱਗਦਾ ਕਿ ਸ਼ਾਇਦ ਪੋਸੀਬਿਲਿਟੀ ਨਹੀਂ ਹੈ ਠੀਕ ਹੈ ਲੇਕਿਨ ਹੁਣ ਦੈਟਸ ਵੈਰੀ ਗੁੱਡ ਜੇ ਤੁਸੀਂ ਫਿਰ ਤੋਂ ਇਕੱਠੇ ਆਉਂਦੇ ਹੋ ਔਰ ਕੋਈ ਅੱਛਾ ਗਾਣਾ ਲੈ ਕੇ ਆਈ ਐਮ ਸ਼ੋਰ ਤੁਸੀਂ ਆਓਗੇ ਐਂਡ ਇੱਕ ਇੱਕ ਨਾਮ ਹੋਰ ਹਨੀ ਭਾਜੀ ਨਾਲ ਕਰ ਰਹੇ ਹਾਂ ਓ ਦੈਟਸ ਗੁੱਡ ਆਲਸੋ ਮਤਲਬ ਆਲ ਸੈਟ ਫਰੋਮ ਮੀ ਤੇ ਸੈਟ ਆ ਸਾਰਾ ਕੁਝ ਤੇ ਹਾਂ ਥੋੜ੍ਹਾ ਜਿਹਾ ਥੋੜ੍ਹਾ ਸਾਡਾ ਚੱਕਰ ਇੱਕ ਚੱਲ ਰਿਹਾ ਕਿ ਅਸੀਂ ਹੁਣ ਥੋੜ੍ਹੇ ਕੋਵਿਡ ਕਰਕੇ ਮਿਲੇ ਨਹੀਂ ਸੀਗੇ ਅਤੇ ਫਿਰ
ਹੋ ਜਾਏਗਾ ਮੈਨੂੰ ਲੱਗਦਾ ਜਿੱਥੇ ਤੱਕ ਉਮੀਦ ਮੈਨੂੰ ਪੂਰੀ ਆ ਓਕੇ ਜਲਦੀ ਤੁਹਾਨੂੰ ਨਿਊਜ਼ ਮਿਲੂਗੀ ਵੀ ਕਿਹੜਾ ਗਾਣਾ ਕਰਦਾ ਅੱਛਾ ਬਹੁਤ ਸਾਰੇ ਆਰਟਿਸਟ ਇਦਾਂ ਦੇ ਨੇ ਜਿਨ੍ਹਾਂ ਨੂੰ ਲੋਕਡਾਊਨ ਦੇ ਵਿੱਚ ਰਿਅਲਾਈਜ਼ ਹੋਇਆ ਕਿ ਨਹੀਂ ਆਹ ਚੀਜ਼ਾਂ ਇਦਾਂ ਨੇ ਹੁਣ ਮੈਨੂੰ ਰਫਤਾਰ ਫੜਨੀ ਪੈਣੀ ਹੈ ਜੋ ਆਪਣੇ ਐਕਚੁਅਲੀ ਹਰ ਕਿਸੇ ਨੇ ਆਪਣੇ ਆਪ ਨੂੰ ਵਕਤ ਦਿੱਤਾ ਸੋ ਨਵ ਨੇ ਵੀ ਇਸ ਲੋਕਡਾਊਨ ਦੇ ਵਿੱਚ ਇੱਕ ਆ ਸੈਲਫ ਪ੍ਰੋਸੈਸ ਕੀਤਾ ਕਿ ਹੁਣ ਇਸ ਲਈ ਤੁਸੀਂ ਕਲੀਅਰ ਹੋ ਕਿ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਅੱਛਾ ਪ੍ਰੋਜੈਕਟਸ ਲੈ ਕੇ ਆਉਣੇ ਆ ਅੱਛਾ ਕੰਮ ਕਰਨਾ ਹੈ ਜਲਦੀ ਜਲਦੀ ਟਰੈਕਸ ਕਰਨੇ ਨੇ ਦੇਖੋ ਜੀ ਅੱਗੇ ਨਾ ਮਤਲਬ ਇੰਡੀਪੈਂਡੈਂਟ ਸੀਨ ਵਾਲਾ ਜਿਵੇਂ ਹੁੰਦਾ ਨਹੀਂ ਸੀਗਾ ਕੰਮ ਤੇ ਉਹ ਸਾਨੂੰ ਐਂ ਹੁੰਦਾ ਸੀਗਾ ਕਿ ਕੰਪਨੀ ਤੋਂ ਗਾਣਾ ਆਊਗਾ ਹਨਾ ਜੀ ਤੇ ਕੰਪਨੀ ਨੂੰ ਕਿਹੜਾ ਗਾਣਾ ਪਸੰਦ ਆਊਗਾ ਉਹ ਹੁਣ ਮਤਲਬ ਦੌਰ ਜਿਹਾ ਮੁੱਕ ਜੇ ਗਿਆ ਇੱਕ ਤਰ੍ਹਾਂ ਦਾ ਹੁਣ ਮਤਲਬ ਆਪਾਂ ਇੰਡੀਪੈਂਡੈਂਟ ਵਾਲਾ ਕੰਮ ਹੋਇਆ ਹੋਇਆ ਤੇ ਹੁਣ ਜਦੋਂ ਮਰਜ਼ੀ ਗਾਣਾ ਕਰ ਸਕਦੇ ਕੱਲ ਨੂੰ ਹੁਣ ਗਾਣਾ ਮੇਰੇ ਕੋਲ ਹੁਣ 45 ਗਾਣੇ ਤਿਆਰ ਹੋਣੇ ਆ ਖੁਦ ਦੇ ਲਿਖੇ ਉਹਦੇ ਵਿੱਚ ਹੋਣਗੇ 15 ਗਾਣੇ ਤੇ ਜਿਹੜੇ ਕਿ ਅਸੀਂ ਪਹਿਲਾਂ ਬਾਕੀਆਂ ਨਾਲ ਜਿਵੇਂ ਕੱਦੂ ਨਵਦੀਪ ਆ ਨਵੀ ਕੰਬੋਜ ਅਤੇ ਆਪਣਾ ਰਿੱਕੀ ਕਿੰਗ ਹੈ ਨਾ ਅਤੇ ਹੋਰ ਕਾਫੀ ਜੱਗੀ ਜਾਗੋਵਾਲ ਸੋ ਇੱਦਾਂ ਸਾਰਿਆਂ ਨੇ ਰਾਈਟਰਾਂ ਦੇ ਗਾਣੇ ਮੇਰੇ ਕੋਲ ਪਏ ਹਨ ਸਾਰਿਆਂ ਦੇ ਅਸੀਂ ਰਿਕਾਰਡ ਕੀਤੇ ਹੋਏ ਆ ਸਾਰੇ ਆਪਣਾ ਵਧੀਆ ਸਾਡੀ ਵਧੀਆ ਹਰੇਕ ਨਾਲ ਮੇਰਾ ਮਤਲਬ ਲਾਈਕ ਸੁਭਾਅ ਜਿਹਾ ਰਲ ਜਾਂਦਾ ਅਤੇ ਉਹ ਗਾਣੇ ਵੀ ਹੈਗੇ ਆ ਅਤੇ ਮਤਲਬ ਕੱਲ੍ਹ ਨੂੰ ਕਰਦੀ ਹੈ ਨਾ ਅਤੇ ਪਰ ਤੂੰ ਆਰਟਿਸਟ ਨਹੀਂ ਹੁੰਦਾ ਕਿ ਇੱਕ ਹੀ ਤਰਜ਼ ਤੇ ਮੈਨੂੰ ਹੁਣ ਕਈ ਕਹਿੰਦੇ ਆ ਬਾਈ ਤੇਰਾ ਉਹ ਗਾਣਾ ਬਹੁਤ ਹਿੱਟ ਸੀਗਾ ਕਿ ਤੂੰ ਉੱਥੇ ਕੀ ਗਾਇਆ ਕਰ ਅਤੇ ਮੈਂ ਕਿਹਾ ਨਹੀਂ ਯਾਰ ਮੈਂ ਤਾਂ ਨਾ ਜ਼ਿੰਦਗੀ 'ਚ ਤਜ਼ਰਬੇ ਕਰਨ ਆਇਆ ਆਪਦੇ ਅਤੇ ਤਜ਼ਰਬੇ ਦੇਖਦੇ ਕਿੱਥੇ ਤੱਕ ਲੈ ਕੇ ਜਾਂਦੇ ਆ ਅਤੇ ਹੁਣ ਜਿਵੇਂ ਹਿੰਦੀ ਗਾਣਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਹਿੰਦੀ ਗਾਣਾ ਵੀ ਮੈਂ ਇੱਕ ਬਣਾਇਆ ਹੋਇਆ ਅਤੇ ਹਿੰਦੀ ਹੋਊਗਾ ਫਿਰ ਮਤਲਬ ਪੰਜਾਬੀ ਚੱਕਵਾਂ ਵੀ ਹੋਊਗਾ ਅਤੇ ਫਿਰ ਮੇਰਾ ਇੱਕ ਗਾਣਾ ਸੀਗਾ ਐਲਬਮ ਦੇ ਵਿੱਚ ਜਿਵੇਂ ਅੱਤ ਤੇਰਾ ਯਾਰ ਸੀਗਾ ਅੱਤ ਤੇਰਾ ਯਾਰ 2 ਉਹ ਜਿਵੇਂ ਪ੍ਰੋਪਰ ਭੰਗੜਾ ਟਰੈਕ ਆ ਫਿਰ ਡੀਜੇ ਡਿਪਸ ਨਾਲ ਵੀ ਗਾਣੇ ਹੈਗੇ ਮੇਰੇ ਬਣਾਏ ਹੋਏ ਉਹ ਮਤਲਬ ਯੂਕੇ ਸਟਾਈਲ 뮤직 ਹੈ ਜਿਹਦੇ ਉਹ ਵੀ ਗਾਣਾ ਆਊਗਾ ਜਿਹ 'ਚ ਪ੍ਰੋਪਰ ਭੰਗੜੇ ਵਾਲੇ ਗਾਣੇ ਆਊ ਮੈਂ ਥੋੜ੍ਹੀ ਦੇਰ ਪਹਿਲੇ ਨਾ ਜੱਸੀ ਜਸਵੀਰ ਜੀ ਨੂੰ ਇੰਟਰਵਿਊ ਕੀਤਾ ਸੀ ਅਤੇ ਉਹ ਉਵੇਂ ਹੀ ਗੱਲ ਕਰ ਰਹੇ ਸੀਗੇ ਕਿ ਮੀਕਾ ਮੈਨੂੰ ਕਈ ਵਾਰ ਛੇੜਦਾ ਹੈ ਕਿ ਤੂੰ ਤਾਂ ਇੱਕੋ ਗਾਣੇ ਦਾ ਖੱਟਿਆ ਖਾਣ ਦੇ ਮਤਲਬ ਖਾਇਆ ਤੂੰ ਸਾਰੀ ਜ਼ਿੰਦਗੀ ਇੱਕੋ ਹੀ ਗਾਣੇ ਦਾ ਤੂੰ ਖੱਟਿਆ ਖਾਣਾ ਨਾ ਅਤੇ ਨਵ ਕਦੀ ਇਸ ਗੱਲ ਨੂੰ ਲੈ ਕੇ ਤੁਹਾਨੂੰ ਫੀਲ ਹੋਇਆ ਕਿ ਵੱਖਰਾ ਸਵੈਗ ਦੀ ਇੱਕ ਵੱਖਰੀ ਹਾਈਪ ਸੀ ਬਾਲੀਵੁੱਡ 'ਚ ਵੀ ਗਾਣਾ ਚੱਲਿਆ ਉਸ ਤੋਂ ਬਾਅਦ ਤੁਹਾਡਾ ਇੱਕ ਇਹਾਨਾ ਢਿੱਲੋਂ ਦੇ ਨਾਲ ਗਾਣਾ ਆਇਆ ਸੀਗਾ ਯਾਰ ਬੋਲਦਾ ਉਹਦੀ ਵੀ ਹਾਈਪ ਬਹੁਤ ਅੱਛੀ ਗਈ ਸੀ ਆਰਟਿਸਟ ਉਸ 3 ਜਾਂ 2 ਜਾਂ 4 ਜਾਂ 5 ਮਿੰਟ ਦੇ ਗਾਣੇ ਪਿੱਛੇ ਬਹੁਤ ਹਾਰਡਵਰਕ ਕਰਦਾ ਹੈ ਨਾ ਪੋਸਟ ਪ੍ਰੋਡਕਸ਼ਨ ਚੱਲਦਾ ਪ੍ਰੀ ਪ੍ਰੋਡਕਸ਼ਨ ਚੱਲਦਾ ਬਾਅਦ ਦੇ ਵਿੱਚ ਰਿਸਪੋਂਸ ਓਬਵੀਅਸ ਜੀ ਗੱਲ ਹੈ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਪਰ ਆਰਟਿਸਟ ਦੇ ਲਈ ਉਸਦਾ ਜਿਹੜਾ ਕੰਮ ਹੈ ਉਹਨੂੰ ਪਾਲਦਾ ਹੈ ਬੇਸਿਕਲੀ ਹੈ ਨਾ ਅਤੇ ਤੁਹਾਨੂੰ ਕਈ ਵਾਰ ਇਹ ਗੱਲ ਇਰੀਟੇਟ ਕਰਦੀ ਹੈ ਸਮ ਹਾਓ ਕਿ ਹਮੇਸ਼ਾ ਵੱਖਰਾ ਸਵੈਗ ਦੀ ਹੀ ਗੱਲ ਹੁੰਦੀ ਹੈ ਯਾਰ ਮੇਰੇ ਬਾਕੀ ਗਾਣੇ ਵੀ ਉਹਨੇ ਮੈਂ ਮਿਹਨਤ ਨਾਲ ਕੀਤੇ ਨੇ ਨਹੀਂ ਦੇਖੋ ਚਲੋ ਹੈ ਤਾਂ ਆਪਦਾ ਹੀ ਉਹ ਵੀ ਸੋ ਮਤਲਬ ਹਾਂ ਜਿੱਦਾਂ ਲੋਕਾਂ ਨੂੰ ਜਿਹੜੀ ਚੀਜ਼ ਪਸੰਦ ਹੁੰਦੀ ਹੈ ਸਾਨੂੰ ਕੁਛ ਨਹੀਂ ਪਤਾ ਹੁੰਦਾ ਕਿਹੜਾ ਗਾਣਾ ਪਸੰਦ ਆਉਣਾ ਅਤੇ ਮੈਨੂੰ ਲੱਗਦਾ ਚਲੋ ਮਿਹਨਤ ਕਰੀ ਜਾਓ ਅਤੇ ਫਲ ਦੀ ਚਿੰਤਾ ਨਾ ਕਰੋ ਉਹ ਗੱਲ ਅਤੇ ਹੁਣ ਉਹ ਵੱਖਰਾ ਸਵੈਗ ਨੂੰ ਵਧੀਆ ਪਿਆਰ ਮਿਲਿਆ ਅਤੇ ਹੁਣ ਜੇ ਕੱਲ੍ਹ ਨੂੰ ਕੋਈ ਅਸੀਂ ਦੁਬਾਰੇ ਗਾਣਾ ਕਰਾਂਗੇ ਨੋ ਡਾਊਟ ਉਹ ਵੱਡਾ ਹੀ ਹੋਊਗਾ ਕਿਉਂਕਿ ਉਹ ਸਾਡਾ ਪਹਿਲਾ ਗਾਣਾ ਸੀ ਮੇਰਾ ਅਤੇ ਬਾਦਸ਼ਾਹ ਦਾ ਪਹਿਲਾ ਗਾਣਾ ਸੀਗਾ ਮੇਰੀ ਵੀ ਮਿਹਨਤ ਸੀ ਉਹਦੀ ਵੀ ਮਿਹਨਤ ਸੀਗੀ ਅਤੇ ਉਹ ਮਤਲਬ ਉਦੋਂ ਦੋਨੇ ਇੱਥੇ ਸੀਗੇ ਅਤੇ ਉਦੋਂ ਬਾਅਦ ਇੱਥੇ ਆ ਗਏ ਇੱਕ ਪੌੜੀ ਚੜ੍ਹ ਗਏ ਹੈ ਨਾ ਅਤੇ ਹੁਣ ਕੱਲ੍ਹ ਨੂੰ ਅੱਧੂ ਬਾਅਦ ਦੁਬਾਰੇ ਕਦੇ ਇਕੱਠੇ ਕੰਮ ਕਰੀਏ ਅਤੇ ਉਹ ਫਿਰ ਅਗਲੀ ਪੌੜੀ 'ਤੇ ਚੜ੍ਹਾਂਗੇ ਅਤੇ ਉਹ ਹੋਰ ਵਧੀਆ ਲੱਗੂਗਾ ਉਹਦੀ ਔਡੀਅੰਸ ਵੀ ਜੁੜੂਗੀ ਨਾਲ ਮੇਰੀ ਔਡੀਅੰਸ ਵੀ ਜੁੜੂਗੀ ਸੋ ਮੈਨੂੰ ਲੱਗਦਾ ਇਹ ਚੱਲਦਾ ਰਹਿੰਦਾ ਆ ਕਿ ਮਤਲਬ ਅਪਸ ਐਂਡ ਡਾਊਨਸ ਵੀ ਆਉਂਦੇ ਰਹਿੰਦੇ ਆ ਹੈ ਨਾ ਅਤੇ ਗਾਣਾ ਕਿਹੜਾ ਚੱਲੂਗਾ ਕਿਹੜਾ ਨਹੀਂ ਚੱਲੂਗਾ ਕਈ ਵਾਰੀ ਇਹ ਵੀ ਹੁੰਦਾ ਵਾ ਕਿ ਕਿਸੇ ਗਾਣੇ ਤੋਂ ਜਮ੍ਹਾਂ ਹੀ ਉਮੀਦ ਨਹੀਂ ਹੁੰਦੀ ਅਤੇ ਉਹ ਗਾਣਾ ਵੱਡਾ ਹੁੰਦਾ ਹੈ ਨਾ ਅਤੇ ਕਿਸੇ ਤੋਂ ਬਾਹਲੀ ਉਮੀਦ ਹੁੰਦੀ ਆ ਉਹ ਗਾਣਾ ਚੱਲਦਾ ਨਹੀਂਗਾ ਸੋ ਯੂ ਨੈਵਰ ਨੋ ਕਿਹੜਾ ਗਾਣਾ ਹੈ ਨਾ ਲੋਕਾਂ ਨੂੰ ਪਸੰਦ ਆਊਗਾ ਬਿਲਕੁਲ ਅੱਛਾ ਜਿਹੜਾ ਵੱਖਰਾ ਸਵੈਗ ਗਾਣਾ ਹੈ ਇਹਦੇ 'ਤੇ ਕੰਗਨਾ ਨੇ ਮਤਲਬ ਕੰਗਨਾ ਦੀ ਫਿਲਮ ਦਾ ਇਹ ਗਾਣਾ ਸੀਗਾ ਕੰਗਨਾ ਬਾਲੀਵੁੱਡ ਦੀ ਏ-ਲਿਸਟਰ ਐਕਟਰੈਸ ਹੈ ਅਤੇ ਹੁਣ ਤਾਂ ਸਾਡੇ ਪੰਜਾਬ 'ਚ ਵੀ ਛਾਈ ਰਹਿੰਦੀ ਹੈ ਲੇਕਿਨ ਬਾਲੀਵੁੱਡ ਦੀ ਜੇਕਰ ਆਪਾਂ ਗੱਲ ਕਰੀਏ ਕੌਣ ਫੇਵਰੇਟ ਹੈ ਨਵ ਹੁਣ ਜੇਕਰ ਕਦੀ ਕਿਸੇ ਨੈਕਸਟ ਫਿਲਮ 'ਚ ਤੁਹਾਨੂੰ ਗਾਉਣ ਦਾ ਮੌਕਾ ਮਿਲੇ ਜਾਂ ਫਿਰ ਤੁਹਾਡੇ ਗੀਤ ਨੂੰ ਲੈਣ ਦਾ ਮੌਕਾ ਮਿਲੇ ਕਿਹੜੇ ਐਕਟਰੈਸ ਇਮੈਜਿਨ ਕਰਦੇ ਹੋ ਆਪਣੇ ਗਾਣੇ 'ਚ ਇੱਦਾਂ ਮੈਂ ਬਹੁਤਾ ਫਿਲਮਾਂ ਨਹੀਂ ਦੇਖਦਾ ਦੇਖਦਾ ਜ਼ਰੂਰ ਹਾਂ ਪਰ ਆਹ ਕੋਵਿਡ ਨੇ ਮੈਨੂੰ ਆਦਤ ਪਾਤੀ ਨੈੱਟਫਲਿਕਸ ਦੇਖਣ ਦੀ ਐਮਾਜ਼ਨ ਦੇਖਣ ਦੀ ਹੈ ਨਾ ਅਤੇ ਦੇਖੀਆਂ ਉੱਤੇ ਬਥੇਰੀਆਂ ਫਿਲਮਾਂ ਦੇਖੀਆਂ ਅਤੇ ਮੈਨੂੰ ਸਾਰੀ ਵਧੀਆ ਜਿੱਦਾਂ ਕਿ ਮੈਨੂੰ ਕ੍ਰਿਤੀ ਸੈਨ ਵਧੀਆ ਲੱਗਦੀ ਦੀਪਿਕਾ ਪਾਦੂਕੋਨ ਬਹੁਤ ਵਧੀਆ ਲੱਗਦੀ ਆ ਅਤੇ ਫਿਰ ਆਪਣਾ ਸੰਜੇ ਦੱਤ ਭਾਅ ਜੀ ਬਹੁਤ ਵਧੀਆ ਲੱਗਦੇ ਅਤੇ ਕਿਉਂਕਿ ਮੈਂ ਜਿੱਦਾਂ ਉਹਦਾ ਗਾਣਾ ਇੱਕ ਗਣਪ ਚੱਲਦਾ ਉਹ ਇੱਦਾਂ ਦਾ ਗਾਣਾ ਲਾਈਕ ਕਿਉਂਕਿ ਮੈਂ ਲੋਸ ਦੇ ਵਿੱਚ ਗਾ ਲੈਂਦਾ ਅਤੇ ਉਹ ਕਦੇ ਗਾ ਸਕਦਾ ਹੈ ਨਾ ਉਹਨਾਂ ਲਈ ਵੀ ਕਦੇ ਵੀ ਜੇ ਮੈਨੂੰ ਕਿਤੇ ਮੌਕਾ ਮਿਲੇ ਮੈਂ ਇੱਕ ਗਾਣਾ ਕੀਤਾ ਵੀ ਸੀਗਾ ਜਿਹੜਾ ਕਿ
ਉਹ ਗਾਣਾ ਆਇਆ ਨੀਗਾ ਤੇ ਪਲ ਪਲ ਦਿਲ ਕੇ ਪਾਸ ਮੂਵੀ ਸੀਗੀ ਸਨੀ ਦਿਓਲ ਦੀ ਬੇਟੀ ਉਹਨਾਂ ਦੀ ਮੂਵੀ ਸੀਗੀ ਉਹਦੇ ਵਿੱਚ ਮੈਂ ਇੱਕ ਗਾਣਾ ਕੀਤਾ ਸੀਗਾ ਸੋ ਉਹ ਆਇਆ ਨਹੀਂ ਪਰ ਓਕੇ ਅਤੇ ਆਡਰ ਨੂੰ ਕਿਉਂ ਨਹੀਂ ਆਇਆ ਅਤੇ ਫਿਰ ਹੋਰ ਵੀ ਜਿਹੜੇ ਕਿ ਮੈਂ ਪਿਛਲੇ ਸਾਲ ਹੀ ਕੋਵਿਡ ਤੋਂ ਪਹਿਲਾਂ ਪਲਾਨ ਸੀਗਾ ਕਿ ਬੰਬੇ ਮੂਵ ਕਰ ਜੂੰਗਾ ਕਿਉਂਕਿ ਉੱਥੇ ਜਿਹੜਾ ਕੀ ਹੁੰਦਾ ਕਿ ਨੇੜੇ ਜਿਹੜਾ ਬੰਦਾ ਰਹਿੰਦਾ ਉਹਨੂੰ ਜਲਦੀ ਕੰਮ ਮਿਲ ਜਾਂਦਾ ਸੋ ਹਿੰਦੀ ਗਾਣੇ ਲਈ ਉੱਥੇ ਮੈਂ ਜਾਣਾ ਸੀਗਾ ਪਰ ਹਜੇ ਫਿਰ ਇੱਥੇ ਹੀ ਹਾਂ ਹਜੇ ਪੰਜਾਬ ਦੇ ਵਿੱਚ ਹੀ ਹਾਂ ਤਾਂ ਕਰਕੇ ਥੋੜ੍ਹੀ ਜਿਹੀ ਮੈਂ ਕਿਹਾ ਮੁੱਛਾਂ ਵਧਾਈਏ ਹੁਣ ਅਤੇ ਬੈਕ ਟੂ ਵਰਕ ਅਤੇ ਹੁਣ ਖਿੱਚੀਏ ਕੰਮ ਵਾਲਾ ਇੱਧਰ ਵਾਲਾ ਆਲ ਦਾ ਬੈਸਟ ਅੱਛਾ ਹੁਣ ਬੜਾ ਟਰੈਂਡ ਤੁਰ ਪਿਆ ਕਿ ਗਾਣੇ ਨੂੰ ਜੇ ਹਿੱਟ ਕਰਨਾ ਹੈ ਤਾਂ ਇੱਕ ਨਾਮੀ ਮਾਡਲ ਹੋਣੀ ਚਾਹੀਦੀ ਹੈ ਜਾਂ ਬਾਲੀਵੁੱਡ ਤੋਂ ਲੈ ਆਓ ਜਾਂ ਉਹ ਜਿਹਦੇ ਟਿਕਟੋਕਰਸ ਅੱਜ ਕੱਲ੍ਹ ਬਹੁਤ ਜ਼ਿਆਦਾ ਟਰੈਂਡ ਦੇ ਵਿੱਚ ਨੇ ਇੰਸਟਾਗ੍ਰਾਮ 'ਤੇ ਅੱਛੇ ਫੋਲੋਅਰਸ ਹੋਣੇ ਚਾਹੀਦੇ ਟਰੈਂਡ ਜਿਹਾ ਤੁਰ ਪਿਆ ਹੈ ਨਾ ਸੋ ਤੁਸੀਂ ਬਿਲੀਵ ਕਰਦੇ ਹੋ ਇਸ ਚੀਜ਼ ਦੇ ਵਿੱਚ ਮੈਂ ਜਿੱਦਾਂ ਬਾਨੀ ਨਾਲ ਗਾਣਾ ਕੀਤਾ ਸੀਗਾ ਐਹਾਨਾ ਨਾਲ ਗਾਣਾ ਕੀਤਾ ਸੀਗਾ ਅਤੇ ਫਿਰ ਉਹ ਵਧੀਆ ਰਿਹਾ ਹੈ ਨਾ ਅਤੇ ਮੈਨੂੰ ਲੱਗਦਾ ਫਰਕ ਤਾਂ ਪੈਂਦਾ ਹੀ ਆ ਅਤੇ ਆਪਾਂ ਐਵੇਂ ਕਹੀਏ ਜੇ ਆਪਾਂ ਇੱਦਾਂ ਦੀ ਕੋਈ ਨਾਮੀ ਬੰਦੇ ਨੂੰ ਨਾਲ ਲੈਂਦੇ ਹਾਂ ਅਤੇ ਥੋੜ੍ਹਾ ਜਿਹਾ ਪ੍ਰਮੋਸ਼ਨ ਦੇ ਵਿੱਚ ਪੈਸੇ ਘੱਟ ਲੱਗਦੇ ਹੋਰ ਅਤੇ ਫਿਰ ਨਵਾਂ ਬੰਦਾ ਕੀ ਕਰੇ ਨਵਾਂ ਬੰਦਾ ਮੇਰੇ ਕੋਲ ਆਵੇ ਆਪਾਂ ਦੇਵਾਂਗੇ ਉਹਨਾਂ ਨੂੰ ਗਾਣਾ ਗਾਉਣ ਦਾ ਮੌਕਾ ਮੇਰੀ ਕੰਮ ਅੱਛਾ ਮੁਹੱਬਤ ਦੀ ਸੱਚ ਮੈਂ ਤੁਹਾਡੇ ਨਾਲ ਗੱਲ ਕਰਨ ਲੱਗੀ ਸੀ ਤੁਸੀਂ ਖੁਦ ਦੇ ਵੀ ਗਾਣੇ ਲਿਖੇ ਤੁਸੀਂ ਆਪ ਹੀ ਕਹਿ ਰਹੇ ਸੀ ਵੀ ਪਿਆਰ ਮੁਹੱਬਤ 'ਚ ਗਾਣੇ ਜ਼ਿਆਦਾ ਲਿਖੇ ਜਾਂਦੇ ਨੇ ਲਿਖੇ ਜਾਂਦੇ ਮਤਲਬ ਮੁਹੱਬਤ ਹੋਈ ਹੋਈ ਹੈ ਹੁਣ ਤਾਂ ਕੰਮ ਕਰਨ ਵਾਲੀ ਹੋਈ ਹੈ ਐਵੇਂ ਕਹਾਂ ਅੱਛਾ ਕਿਉਂਕਿ ਜਿਹੜੀ ਮੁਹੱਬਤ ਨੇ ਅੱਗੇ ਗਾਣੇ ਲਿਖਾਉਣੇ ਸੀ ਉਹ ਤਾਂ ਲਿਖਾਈ ਜਾਂਦੀ ਹੈ ਅਤੇ ਉਹ ਵਾਰ ਵਾਰ ਹੁੰਦੀ ਵੀ ਨਹੀਂ ਚੰਗੀ ਲੱਗਦੀ ਫਿਰ ਤਾਂ ਮਤਲਬ ਗਾਣਿਆਂ ਦੇ ਵਿੱਚ ਕੀ ਹੋ ਕਿਹਦਾ ਵੀ ਜ਼ਿਕਰ ਕਰਾਂਗੇ ਅੱਛਾ ਪਹਿਲੇ ਮੁਹੱਬਤ ਹੋਈ ਫਿਰ ਗੀਤ ਲਿਖੇ ਮੈਨੂੰ ਲੱਗਦਾ ਨਹੀਂ ਇੱਦਾਂ ਨਹੀਂ ਹੁੰਦਾ ਜੇ ਆਪਾਂ ਕਹੀਏ ਕਿਸੇ ਵੀ ਚੀਜ਼ ਦੀ ਮੁਹੱਬਤ ਹੋ ਸਕਦੀ ਆ ਉਹ ਅਤੇ ਜੇ ਆਪਾਂ ਨੂੰ ਕਿਸੇ ਚੀਜ਼ ਨਾਲ ਪਿਆਰ ਹੋਊਗਾ ਉਹਦੇ ਬਾਰੇ ਆਪਾਂ ਫੇਰ ਹੀ ਬਿਆਨ ਕਰ ਸਕਦੇ ਹਾਂ ਗੱਲ ਘੁਮਾ ਰਹੇ ਹੋ ਤੁਸੀਂ ਨਾ ਨਹੀਂ ਐਂ ਤਾਂ ਘੁਮਾ ਲਈ ਦੀ ਕਦੇ ਓਕੇ ਜੀ ਅੱਛਾ ਨਾ ਘਰ 'ਚੋਂ ਕਿੱਦਾਂ ਦਾ ਰਿਸਪੋਂਸ ਮਿਲਦਾ ਗੀਤਾਂ ਨੂੰ ਲੈ ਕੇ ਸਭ ਤੋਂ ਪਹਿਲੇ ਮੈਸੇਜ ਕਿੱਦਾਂ ਆਉਂਦਾ ਹੈ ਘਰ 'ਚੋਂ ਮੋਮ ਡੈਡ ਸਿਸਟਰ ਬ੍ਰਦਰ ਭੈਣ ਦਾ ਪਹਿਲਾਂ ਆ ਜਾਂਦਾ ਅੱਛਾ ਹਾਂ ਤੁਸੀਂ ਪਹਿਲੇ ਵੀ ਦੱਸਿਆ ਸੀ ਕਿ ਤੁਹਾਡੀ ਭੈਣ ਤੁਹਾਨੂੰ ਪ੍ਰੋਪਰ ਗਾਈਡ ਕਰਦੀ ਹੈ ਨਾ ਕਿ ਨਾ ਵੇ ਗੀਤ ਅੱਛਾ ਹੈ ਇਹ ਨਹੀਂ ਅੱਛਾ ਜਾਂ ਇਹਨੂੰ ਇੱਦਾਂ ਹੋਣਾ ਚਾਹੀਦਾ ਸੀ ਰਾਈਟ ਜੀ ਅੱਜ ਵੀ ਤੁਹਾਨੂੰ ਉਵੇਂ ਹੀ ਟ੍ਰੀਟ ਕਰਦੇ ਨੇ ਅੱਜ ਵੀ ਉਦਾਂ ਹੀ ਹੈ ਜੀ ਅੱਛਾ ਨਵ ਜਦੋਂ ਇੰਡਸਟਰੀ 'ਚ ਤੁਸੀਂ ਅੱਗੇ ਵੱਧਦੇ ਹੋ ਹੈ ਨਾ ਅਤੇ ਇੰਡਸਟਰੀ 'ਚ ਯਾਰ ਦੋਸਤ ਲੱਗਦਾ ਹੈ ਕਿ ਬਣਦੇ ਨੇ ਬਣਦੇ ਵੀ ਨੇ ਟੁੱਟਦੇ ਵੀ ਨੇ ਓਕੇ ਅਤੇ ਮੈਨੂੰ ਲੱਗਦਾ ਜਦੋਂ ਕਈ ਵਾਰੀ ਬਹੁਤਾ ਕੋਈ ਵੱਡਾ ਹਿੱਟ ਹੋ ਜਾਂਦਾ ਨਾ ਦੁਨੀਆ ਹੀ ਤੜਾ ਜਾਂਦੀ ਆ ਕਿ ਜਿਹੜੇ ਹੁੰਦੇ ਆ ਕੁਛ ਕੁ ਵਿਚਲੇ ਹੈ ਨਾ ਉਹਨੇ ਹੁਣ ਜਿੱਦਾਂ ਸਾਡੇ ਵਾਲੀ ਗੱਲ ਹੀ ਲਾ ਲਓ ਬਾਦਸ਼ਾਹ ਅਤੇ ਮੇਰੀ ਉਹ ਕੁਛ ਕੁ ਬੰਦੇ ਮੇਰੇ ਕੋਲ ਆ ਕੇ ਬਹਿੰਦੇ ਸੀਗੇ ਉਹੀ ਬੰਦੇ ਹੁਣ ਮੈਂ ਤਾਂ ਮੁੜ ਕੇ ਚੱਲ ਮਿਲਦਾ ਨਹੀਂ ਸੀਗਾ ਮੈਨੂੰ ਗੱਲਾਂ ਸੁਣ ਕੇ ਉਹਨੂੰ ਦੱਸਤੀਆਂ ਉਹਦੇ ਕੋਲ ਗੱਲਾਂ ਸੁਣ ਕੇ ਮੈਨੂੰ ਦੱਸਤੀਆਂ ਹੈ ਨਾ ਸੋ ਸਵਾਦ ਲੈਣ ਵਾਲੀ ਜਿਹੜੀ ਦੁਨੀਆ ਆ ਇਹ ਬਹੁਤ ਤੜਾਉਂਦੀ ਆ ਇੰਡਸਟਰੀ ਦੇ ਵਿੱਚ ਪਿਆਰ ਬਣ ਸਕਦਾ ਪਰ ਹਾਂ ਉਹਦੇ ਲਈ ਭਰੋਸਾ ਬਹੁਤ ਜ਼ਰੂਰੀ ਆ ਅਤੇ ਉਹ ਭਰੋਸਾ ਜਿਹੜਾ ਦੁਨੀਆ ਦੀ ਹੁਣ ਕਿਉਂਕਿ ਸਾਰੇ ਇਹਦੇ ਵਿੱਚ ਕੀ ਹੁੰਦਾ ਵਾ ਕੁਛ ਕੁ ਇੱਦਾਂ ਦੇ ਬੰਦੇ ਵੀ ਹੁੰਦੇ ਆ ਕਿ ਜਿਹੜਿਆਂ ਦਾ ਕੰਮ ਹੀ ਆਇਆ ਕਿ ਸ਼ਾਮ ਨੂੰ ਉਹਦੇ ਕੋਲ ਬਹਿ ਕੇ ਜਾ ਕੇ ਸ਼ਾਮ ਨੂੰ ਉਹਨਾਂ ਦਾ ਕੰਮ ਐ ਨਹੀਂ ਉਹਨਾਂ ਨੇ ਗਾਉਣਾ ਆ ਉਹਨਾਂ ਨੇ ਲਿਖਣਾ ਉਹ ਨਹੀਂ ਹੈਗੇ ਉਹ ਹੈਗੇ ਸਾਰੇ ਇੰਡਸਟਰੀ ਦੇ ਵਿਹਲੜ ਅਤੇ ਜਿਹੜੇ ਕਿ ਨਾਮ ਨੂੰ ਇੰਡਸਟਰੀ ਦੇ ਵਿੱਚ ਹੁੰਦੇ ਆ ਅਤੇ ਹਾਂ ਉਹਨਾਂ ਦਾ ਇਹੀ ਕੰਮ ਆ ਕਿ ਬਈ ਅੱਜ ਇਹਨਾਂ ਦੀ ਜੁੜ ਗਈ ਅਤੇ ਅਸੀਂ ਸ਼ਾਮ ਨੂੰ ਉਹਨਾਂ ਦੀ ਤੜਾ ਦਈਏ ਸੋ ਆਹੀ ਚੱਲੀ ਜਾਂਦਾ ਅਤੇ ਪਿਆਰ ਪਾਉਣ ਨੂੰ ਕੋਈ ਮੈਂ ਇੱਥੇ ਮਤਲਬ ਸਾਰੇ ਹੁਣ ਜਦੋਂ ਵੀ ਹੁਣ ਮੈਨੂੰ ਵੀ ਜੇ ਕੋਈ ਆਪਾਂ ਮਿਲਦਾ ਵਾ ਸਾਰੇ ਹੱਸ ਕੇ ਮਿਲਦੇ ਹੈ ਨਾ ਅਤੇ ਉਵੇਂ ਪਿਆਰ ਨਾਲ ਮਿਲਦੇ ਆ ਅਤੇ ਮਤਲਬ ਸਾਰੇ ਮਤਲਬ ਵਧੀਆ ਹੀ ਆ ਅੱਛਾ ਹੁਣ ਮੈਂ ਤੁਹਾਨੂੰ ਕੁਛ ਆਰਟਿਸਟ ਦੇ ਨਾਮ ਦਵਾਂਗੀ ਤੁਸੀਂ ਦੱਸਣਾ ਹੈ ਕਿ ਉਹ ਅੱਛਾ ਸਿੰਗਰ ਹੈ ਅੱਛਾ ਰਾਈਟਰ ਹੈ ਅੱਛਾ ਪਰਫਾਰਮਰ ਹੈ ਜਾਂ ਫਿਰ ਇੱਕ ਅੱਛਾ ਐਂਟਰਟੇਨਰ ਹੈ ਠੀਕ ਹੈ ਓਕੇ ਕਾਕਾ ਵਧੀਆ ਲਿਖਣ ਤੇ ਗਾਉਣ ਵਾਲਾ ਅਰਜਨ ਢਿੱਲੋਂ ਉਹ ਵੀ ਸੇਮ ਬਹੁਤ ਸੋਹਣਾ ਲਿਖਦਾ ਤੇ ਗਾਉਂਦਾ ਵੀ ਬਹੁਤ ਸੋਹਣਾ ਸਿੰਗਾ ਐਂਟਰਟੇਨਰ ਓਕੇ ਕਰਨ ਔਜਲਾ ਸੋਹਣਾ ਲਿਖਦਾ ਓਕੇ ਸਿੱਧੂ ਮੂਸੇਵਾਲਾ ਉਹ ਵੀ ਸੋਹਣਾ ਲਿਖਦਾ ਪ੍ਰੇਮ ਢਿੱਲੋਂ ਪ੍ਰੇਮ ਢਿੱਲੋਂ ਉਹ ਵਧੀਆ ਲਿਖਦਾ ਵੀ ਵਧੀਆ ਮੈਨੂੰ ਲੱਗਦਾ ਗਾਉਂਦਾ ਵੀ ਆਪ ਹੀ ਹੈ ਨਾ ਅਤੇ ਦਿਖਦਾ ਵੀ ਵਧੀਆ ਤਾਂ ਓਕੇ ਪਰਮੇਸ਼ ਵਰਮਾ ਪਰਮੇਸ਼ ਵਰਮਾ ਵਧੀਆ ਇਨਸਾਨ ਅਤੇ ਐਂਟਰਟੇਨਰ ਐਂਟਰਟੇਨਰ ਵੈਸੇ ਇਹ ਤੋਂ ਖੁਦ ਵੀ ਕਹਿੰਦੇ ਨੇ ਸੋ ਓਕੇ ਹੁਣ ਮੈਂ ਤੁਹਾਨੂੰ ਕੁਛ ਪੁੱਛਾਂਗੀ ਤੁਸੀਂ ਦੋਨਾਂ ਵਿੱਚੋਂ ਇੱਕ ਚੂਜ਼ ਕਰਨਾ ਓਕੇ ਸੋਹਣਾ ਜਾਂ ਖਾਣਾ ਸੋਹਣਾ ਜਾਂ ਖਾਣਾ ਅੱਜ ਕੱਲ੍ਹ ਦੋਵੇਂ ਨਹੀਂ ਮੇਰੇ ਵੱਲੋਂ ਦੋਵੇਂ ਨਹੀਂ ਅਤੇ ਮੈਂ ਖਾਂਦਾ ਵੀ ਬਹੁਤ ਘੱਟ ਅੱਜ ਕੱਲ੍ਹ ਸੌਂਦਾ ਵੀ ਬਹੁਤ ਘੱਟ ਨਵ ਚੇਂਜ ਹੋ ਗਏ ਕਾਫੀ ਜ਼ਿਆਦਾ ਹਾਂ ਕਿਉਂਕਿ ਮੈਨੂੰ ਲੱਗਦਾ ਕਿ ਜੇ ਜਲਦੀ ਉੱਠੀਏ ਤਾਂ ਕੰਮ ਜ਼ਿਆਦਾ ਹੋ ਜਾਂਦੇ ਦਿਨ ਦੇ ਵਿੱਚ ਓਕੇ ਐਲਕੋਹਲਿਕ ਔਰ ਨੋਨ ਐਲਕੋਹਲਿਕ ਨੋਨ ਐਲਕੋਹਲਿਕ ਟਰੈਵਲਿੰਗ ਔਰ ਪਾਰਟੀ ਹਾਰਡ ਟਰੈਵਲਿੰਗ ਓਕੇ ਹੌਟ ਔਰ ਕੋਲਡ ਹੌਟ ਓਕੇ ਵਿੰਟਰਸ ਔਰ ਸਮਰ ਵਿੰਟਰ ਪੰਜਾਬੀ ਸੂਟ ਔਰ ਵੈਸਟਰਨ
ਪੰਜਾਬੀ ਸੂਟ ਪੰਜਾਬੀ ਸੂਟ ਓਕੇ ਸੋ ਮਤਲਬ ਅਸੀਂ ਅੰਦਾਜ਼ਾ ਲਗਾ ਸਕਦੇ ਕਿ ਪੰਜਾਬੀ ਕੁੜੀ ਤੁਹਾਡੀ ਗਰਲਫ੍ਰੈਂਡ ਹੋਈ ਹੋਗੀ ਜਾਂ ਹੋਊਗੀ ਇਹ ਤਾਂ ਵਿਆਹ ਵੀ ਪੰਜਾਬੀ ਕੁੜੀ ਨਾਲ ਹੀ ਹੋ ਗਿਆ ਤਾਂ ਹੈ ਪੰਜਾਬੀ ਵਿਆਹ ਵੀ ਮੈਂ ਕਿਹਾ ਪੰਜਾਬੀ ਕੁੜੀ ਨਾਲ ਹੀ ਹੋ ਗਿਆ ਅੱਛਾ ਵਿਆਹ ਦੀ ਕੀ ਪਲੈਨਿੰਗ ਹੈ ਨਹੀਂ ਹਜੇ ਤੱਕ ਤਾਂ ਹੈ ਨਹੀਂ ਗੀ ਹਜੇ ਤਾਂ ਮਤਲਬ ਆਪਦੀ ਜਿਹੜੀ ਕੰਮਕਾਰ ਵਾਲੀ ਇਹੀ ਚੜ ਜਵੇ ਸਿਰ ਨਾ ਰਿਸ਼ਤੇ ਆਉਂਦੇ ਹੋਣਗੇ ਪੱਕਾ ਰਿਸ਼ਤੇ ਆਉਂਦੇ ਆ ਜੀ ਤੁਹਾਨੂੰ ਕਹੀਏ ਸ਼ਰਮਾ ਰਹੇ ਹੋ ਨਹੀਂ ਸ਼ਰਮਾ ਤਾਂ ਨਹੀਂ ਰਿਹਾ ਉਦਣ ਰਿਸ਼ਤੇ ਤਾਂ ਆਉਂਦੇ ਆ ਪਰ ਮੈਂ ਹਜੇ ਕੋਈ ਇਦਾਂ ਦਾ ਇੰਟਰਸਟ ਹੈ ਨਹੀਂ ਗਾ ਜਵੇ ਅੱਜ ਓਕੇ ਕੋਲੈਬੋਰੇਸ਼ਨ ਜੇ ਕਰਨੀ ਪਈ ਕਿਹਦੇ ਨਾਲ ਕਰਨਾ ਚਾਹੋਗੇ ਬਹੁਤ ਨਾਮ ਨੇ ਯੋਰ ਫੇਵਰਿਟ ਵਨ ਜਿਹਦੇ ਨਾਲ ਤੁਸੀਂ ਸੁਪਨਾ ਵੇਖਿਆ ਹੋਇਆ ਜਦੋਂ ਆਪਾਂ ਕਹਿੰਦੇ ਡ੍ਰੀਮ ਪ੍ਰੋਜੈਕਟ ਐਡੀ ਗੱਲਬਾਤ ਵਾਲਾ ਕੁਛ ਹਜੇ ਮੈਂ ਮਤਲਬ ਇੰਟਰਨੈਸ਼ਨਲ ਕਲੱਬ ਹੀ ਹੋ ਗਈ ਉੱਥੇ ਓ ਅਤੇ ਮਤਲਬ ਜੇ ਮੈਂ ਫਰੈਂਚ ਮੋਂਟਾਨਾ ਨੂੰ ਉਹਦੇ ਗਾਣੇ ਮੈਨੂੰ ਵਧੀਆ ਲੱਗਦੇ ਫਰੈਂਚ ਮੋਂਟਾਨਾ ਹੋ ਗਿਆ ਜਿੱਦਾਂ ਫਿਰ ਆਪਣਾ ਟ੍ਰੈਵਿਸ ਸਕੌਟ ਮੈਨੂੰ ਵਧੀਆ ਲੱਗਦਾ ਓਕੇ ਅਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੀ ਗੱਲ ਮੈਨੂੰ ਲੱਗਦਾ ਬੱਬੂ ਮਾਨ ਸਾਹਿਬ ਅਤੇ ਮੈਂ ਇੱਕ ਵਾਰੀ ਕਿਹਾ ਵੀ ਸੀਗਾ ਕਿ ਬਾਈ ਦੇ ਜਿਹੜੇ ਕਿੰਨਾ ਗਾਣਾ ਬਾਈ ਕਹਿੰਦੇ ਗਾਣਾ ਨਹੀਂ ਕਰਦੇ ਕਿਸੇ ਨੇ ਇੱਦਾਂ ਅਤੇ ਉਹ ਪਹਿਲੀ ਪੁਰਾਣੀ ਗੱਲ ਆ ਦੋ ਤਿੰਨ ਸਾਲ ਪਹਿਲਾਂ ਮੈਂ ਕੋਈ ਨਹੀਂ ਰੱਬ ਦਊਗਾ ਮੌਕਾ ਵੀ ਅਤੇ ਕਰਾਂਗੇ ਜ਼ਰੂਰ ਜੀ ਹਾਂਜੀ ਓਕੇ ਇਨਸ਼ਾਅੱਲਾ ਰੱਬ ਕਰੇ ਜਲਦੀ ਇੱਦਾਂ ਹੋਵੇ ਔਰ ਕੁੜੀਆਂ ਬਹੁਤ ਪੰਜਾਬੀ ਇੰਡਸਟਰੀ ਦੇ ਵਿੱਚ ਹੁਣ ਫੀਮੇਲ ਆਰਟਿਸਟ ਬਹੁਤ ਆ ਗਏ ਨੇ ਜੇ ਡੂ ਇਟ ਦਾ ਮੌਕਾ ਮਿਲੇ ਜਿਸ ਦਾ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਟ੍ਰੈਂਡ ਹੈ ਸੋ ਨਾ ਕਿਹਨੂੰ ਸੁਣਨਾ ਪਸੰਦ ਹੈ ਕਿਹਦੇ ਨਾਲ ਦਿਲ ਕਰਦਾ ਵੀ ਮੇਰਾ ਡੂ ਇਟ ਗਾਣਾ ਇਹਨਾਂ ਦੇ ਨਾਲ ਹੋਣਾ ਚਾਹੀਦਾ ਕਾਫੀ ਆਵਾਜ਼ਾਂ ਵਧੀਆ ਨੇ ਗੁਰਲੇ ਜਕਤਰ ਮੈਮ ਜਿੱਦਾਂ ਹੈਗੇ ਉਹਨਾਂ ਦੀ ਆਵਾਜ਼ ਬਹੁਤ ਵਧੀਆ ਲੱਗਦੀ ਮੈਨੂੰ ਅਤੇ ਫਿਰ ਦੀਪਕ ਢਿੱਲੋਂ ਜੀ 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 ਉਹਨਾਂ ਦੀ ਆਵਾਜ਼ ਬਹੁਤ ਵਧੀਆ ਸੁਦੇਸ਼ ਕੁਮਾਰੀ ਜੀ ਦੀ ਆਵਾਜ਼ ਬਹੁਤ ਵਧੀਆ ਹੈ ਨਾ ਅਤੇ ਫਿਰ ਨਵੀਆਂ ਕਾਫੀ ਹੈਗੀਆਂ ਜਿਹੜੀਆਂ ਕਿ ਕੁੜੀਆਂ ਨਵੀਆਂ ਵਿੱਚੋਂ ਕੌਣ ਫੇਵਰੇਟ ਹੈ ਨਵੀਆਂ ਦੇ ਵਿੱਚੋਂ ਇਹ ਥੋੜ੍ਹਾ ਜਿਹਾ ਮਤਲਬ ਟਫ ਆ ਕੁਐਸਚਨ ਕਿਉਂਕਿ ਬਾਰ ਬਾਰ ਗਾਣੇ ਜਿਹੜੇ ਆਉਂਦੇ ਆ ਉਹ ਮੈਨੂੰ ਲੱਗਦਾ ਜ਼ਿਆਦਾਤਰ ਤਾਂ ਐਵਰੀਡੇ ਜੀ ਦਾ ਗਾਣਾ ਆਉਂਦਾ ਗੁਰਲੇ ਜੀ ਦਾ ਗਾਣਾ ਆਉਂਦਾ ਹੋਣਾ ਅਤੇ ਬਾਨੀ ਸੰਧੂ ਦੇ ਗਾਣੇ ਵੀ ਵਧੀਆ ਹੁੰਦੇ ਆ ਫਿਰ ਕੋਈ ਹੋਰ ਨਾਮ ਆਈ ਥਿੰਕ ਸੁਨੰਦਾ ਨਿਮਰਤ ਨਿਮਰਤ ਖੈਰਾ ਮੈਨੂੰ ਮੇਰੀ ਫੇਵਰੇਟ ਆ ਓਕੇ ਅਤੇ ਉਹਨਾਂ ਦੀ ਆਵਾਜ਼ ਬਹੁਤ ਵਧੀਆ ਲੱਗਦੀ ਮੈਨੂੰ ਰਾਈਟ ਹੁਣ ਨਾ ਮੈਂ ਤੁਹਾਨੂੰ ਕੁਝ ਪੁੱਛਾਂਗੀ ਤੁਸੀਂ ਵਨ ਵਰਡ ਆਨਸਰ ਕਰਨ ਦੀ ਕੋਸ਼ਿਸ਼ ਕਰਨੀ ਹੈ ਹਾਂਜੀ ਓਕੇ ਕਿਹੜੀ ਇੱਦਾਂ ਦੀ ਚੀਜ਼ ਹੈ ਜਿਹੜੀ ਨਵਿੰਦਰ ਨੂੰ ਗੁੱਸਾ ਦਿਵਾਉਂਦੀ ਹੈ ਚੁਗਲੀਆਂ ਨਹੀਂ ਪਸੰਦ ਨਾ ਕਰਦੇ ਹੋ ਨਹੀਂ ਅਤੇ ਕਿਉਂਕਿ ਦੇਖੋ ਇੱਕ ਗੱਲ ਮੈਂ ਕਿਸੇ ਨੂੰ ਬੋਲ ਦਵਾਂ ਹੈ ਨਾ ਉਹਦੀਆਂ ਚਾਰ ਬਣ ਜਾਂਦੀਆਂ ਉਹ ਬੰਦੇ ਤੱਕ ਪਹੁੰਚਦੇ ਪਹੁੰਚਦੇ ਪਹੁੰਚਦੀਆਂ ਜ਼ਰੂਰ ਆ ਅਤੇ ਇਹ ਵੀ ਗੱਲ ਮੈਂ ਥੋੜ੍ਹੇ ਦਿਨ ਪਹਿਲਾਂ ਹੀ ਰਿਅਲਾਈਜ਼ ਕੀਤੀ ਹੈ ਕਿ ਐਵੇਂ ਮੈਂ ਕਿਸੇ ਨੂੰ ਮੂਹਰੇ ਜੇ ਕੋਈ ਮੇਰੇ ਤੋਂ ਸਵਾਲ ਵੀ ਪਾ ਲੈਂਦਾ ਹੈ ਨਾ ਕਿ ਉਹ ਬੰਦਾ ਕਿੱਦਾਂ ਕਿਉਂਕਿ ਦੇਖੋ ਜਾਣਦਾ ਹੁੰਦਾ ਹੀ ਹੈ ਬੰਦਾ ਜੇ ਆਪਾਂ ਪੰਜਾਬ ਦੇ ਬੰਦੇ ਦੀ ਕਿਸੇ ਦੀ ਗੱਲ ਕਰੀਏ ਕੋਈ ਇੱਦਾਂ ਦਾ ਪਿੰਡ ਤਾਂ ਹੋਣਾ ਨਹੀਂ ਜਿੱਥੇ ਪਰਸਨਲੀ ਬੰਦਾ ਨਾ ਜਾਣਦਾ ਹੋਵੇ ਅਤੇ ਆਪਾਂ ਹੁਣ ਅਗਲਾ ਮੇਰਾ ਸੁਭਾਅ ਵੀ ਥੋੜ੍ਹਾ ਜਿਹਾ ਇੱਦਾਂ ਦਾ ਜੇ ਵੀ ਕੋਈ ਵੀ ਮੈਨੂੰ ਮਿਲਣਾ ਚਾਹੇ ਹੈ ਨਾ ਅਤੇ ਮੈਂ ਬਹੁਤ ਮਤਲਬ ਈਜ਼ੀਲੀ ਅਪਰੋਚੇਬਲ ਹਾਂ ਹੈ ਨਾ ਮੈਂ ਈਜ਼ੀਲੀ ਮਿਲ ਲੈਂਦਾ ਕੋਈ ਇੱਦਾਂ ਦਾ ਕੋਈ ਹੈ ਨਹੀਂ ਫੂਫਾ ਐਵੇਂ ਨਹੀਂ ਕਹਾਂ ਕਿ ਮੈਂ ਨਾਲ ਚਾਰ ਪੰਜ ਬੰਦੇ ਹੀ ਰੱਖਾਂ ਕਿ ਜਿਹੜੇ ਕਿ ਪਹਿਲਾਂ ਪਾਸੇ ਕਰਾਇਆ ਕਰਨ ਬੰਦੇ ਉਹ ਵੀ ਹਿਸਾਬ ਨਹੀਂ ਮੈਂ ਗੱਲਾਂ ਹੀ ਕਿੱਥੇ ਮਰਜ਼ੀ ਲੰਘ ਜਾਂਦਾ ਅਤੇ ਮੇਰਾ ਕੋਈ ਇੱਦਾਂ ਦਾ ਨਹੀਂ ਗਾ ਕਿ ਕੋਈ ਵੀ ਮਿਲ ਸਕਦਾ ਹੈ ਨਾ ਅਤੇ ਚੁਗਲੀਆਂ ਜਿਹੜੀਆਂ ਹੁੰਦੀਆਂ ਇਹ ਬੈਕ ਦੇ ਜਿਹੜੀਆਂ ਪਿੱਠ ਪਿੱਛੇ ਜਾ ਕੇ ਕੋਈ ਬੋਲਦਾ ਹੈ ਨਾ ਅਤੇ ਉਹ ਉਹ ਗੱਲਾਂ ਮੈਨੂੰ ਨਹੀਂ ਵਧੀਆ ਲੱਗਦੀਆਂ ਉਹ ਬਹੁਤ ਸੈਡ ਕੀ ਕਰਦਾ ਸੈਡ ਕੀ ਕਰਦਾ ਸੈਡ ਕੁਛ ਇੱਦਾਂ ਦੀ ਗੱਲ ਹੈ ਨਹੀਂ ਕੋਈ ਖਾਸ ਜਿਹੜਾ ਜ਼ਿਆਦਾ ਸੈਡ ਕਰਦਾ ਓਕੇ ਕਿਹੜੀ ਇੱਦਾਂ ਦੀ ਚੀਜ਼ ਹੈ ਜਿਹਦੇ ਨਾਲ ਤੁਸੀਂ ਇੱਕ ਸੈਕਿੰਡ 'ਚ ਖੁਸ਼ ਹੋ ਜਾਂਦੇ ਹੋ ਜਵਾਕਾਂ ਨੂੰ ਦੇਖ ਕੇ ਓਕੇ ਛੋਟੇ ਬੱਚੇ ਨਿੱਕੇ ਜਵਾਕ ਹਾਂਜੀ ਅੱਛਾ ਕਿਹੜੀ ਚੀਜ਼ ਹੈ ਜਿਹੜੀ ਅੱਜ ਵੀ ਤੁਹਾਨੂੰ ਖੁਦ ਨੂੰ ਲੈ ਕੇ ਐਮਬੈਰੈਂਸਿੰਗ ਲੱਗਦੀ ਹੈ ਖੁਦ ਨੂੰ ਦੇਖ ਕੇ ਐਮਬੈਰੈਸਿੰਗ ਲੱਗਦੀ ਆ ਆਹੀ ਜਿਹੜਾ ਮੈਂ ਲਾਈਵ ਹੋ ਕੇ ਕੋਈ ਦੋ ਤਿੰਨ ਵਾਰੀ ਨਾ ਗਲਤੀਆਂ ਜਿਹੀਆਂ ਕੀਤੀਆਂ ਉਹ ਮੈਨੂੰ ਲੱਗਦਾ ਮੈਨੂੰ ਕਰਨੀਆਂ ਨਹੀਂ ਸੀ ਚਾਹੀਦੀਆਂ ਐਵੇਂ ਉਹ ਬੇਵਕੂਫੀ ਸੀਗੀ ਮੇਰੀ ਓਕੇ ਕਿਹੜਾ ਇੱਦਾਂ ਦਾ ਮੂਮੈਂਟ ਹੈ ਜਿਸ ਨੂੰ ਤੁਸੀਂ ਦੁਬਾਰਾ ਤੋਂ ਜੀਣਾ ਚਾਹੋਗੇ ਜੇ ਤੁਹਾਨੂੰ ਪਾਵਰ ਮਿਲ ਜਾਏ ਤੁਸੀਂ ਰਿਵਾਈਂਡ ਬਟਨ ਦਬਾਉਂਗੇ ਉਸ ਮੂਮੈਂਟ ਹਜੇ ਤੱਕ ਮੈਨੂੰ ਲੱਗਦਾ ਮੈਂ ਕੁਛ ਇੱਦਾਂ ਦਾ ਕੀਤਾ ਨਹੀਂ ਸੀਗਾ ਪਹਿਲਾਂ ਅਤੇ ਜੇ ਤੁਸੀਂ ਕਹੋਗੇ ਫਿਊਚਰ ਦੇ ਵਿੱਚ ਜਾਊਂਗਾ ਉਹ ਗੱਲ ਵਧੀਆ ਸੀਗੀ ਕਿ ਫਿਊਚਰ ਦੇ ਵਿੱਚ ਜਾਂਦਾ ਅਤੇ ਉੱਥੇ ਮੈਂ ਉਹ ਚੀਜ਼ ਕੀਤੀ ਹੁੰਦੀ ਅਤੇ ਦੁਬਾਰੇ ਫਿਰ ਵਾਪਸ ਆ ਜਾਂਦਾ ਕਿ ਹਾਂ ਜੇ ਗਲਤੀ ਗੁਲਤੀ ਰਹਿੰਦੀ ਉਹ ਮੈਂ ਆ ਕੇ ਠੀਕ ਕਰ ਲੈਂਦਾ ਸੋ ਉਹ ਚੀਜ਼ ਹਜੇ ਕਰਨੀ ਆ ਜਿਹੜੀਆਂ ਮੈਨੂੰ ਲੱਗਦਾ ਕਿ ਵਧੀਆ ਚੀਜ਼ਾਂ ਨੇ ਓਕੇ ਨਵਿੰਦਰ ਨੂੰ ਜਿੱਥੋਂ ਤੱਕ ਆਪਾਂ ਨੇ ਪਹਿਲੀ ਗੱਲ ਹੋਈ ਆ ਸੌਂਦੇ ਬਹੁਤ ਸੀ ਔਰ ਡਾਇਟ ਦਾ ਪ੍ਰੋਪਰਲੀ ਖਿਆਲ ਨਹੀਂ ਸੀ ਰੱਖ ਪਾਉਂਦੇ ਜੋ ਤੁਸੀਂ ਟੋਟਲੀ ਚੇਂਜ ਕਰ ਰਿਹਾ ਕੁਝ ਹੋਰ ਹੈ ਇੱਦਾਂ ਦਾ ਜੋ ਹਜੇ ਚੇਂਜ ਕਰਨਾ ਬਾਕੀ ਹੈ ਸੁਭਾਅ ਦੇ ਵਿੱਚ ਬਹੁਤ ਫਰਕ ਪੈ ਗਿਆ ਖਾਣ ਪੀਣ ਦੇ ਵਿੱਚ ਬਹੁਤ ਫਰਕ ਪੈ ਗਿਆ ਤੇ ਸੀ ਨਾ ਪਹਿਲੇ ਵਾਲੇ ਹਾਂ ਥੋੜਾ ਜਿਹਾ ਦੇਖੋ ਜਿਵੇਂ ਜਿਵੇਂ ਜਵਾਨੀ ਨਵੀਂ ਨਵੀਂ ਆਈ ਹੁੰਦੀ ਹੈ ਤਾਂ ਥੋੜਾ ਜਿਹਾ ਗਰਮ ਤਾਂ ਹੁੰਦਾ ਹੀ ਆ ਤੇ ਹੌਲੀ ਹੌਲੀ ਠਹਿਰਾਵ ਆਉਂਦਾ ਹੈ ਲਿਖਣਾ ਆ ਗਿਆ ਤੇ ਹੁਣ ਮੈਂ ਥੋੜਾ ਜਿਹਾ ਇਹ ਚੀਜ਼ ਚਾਹੂੰਗਾ ਕਿ ਜਿਹੜੀਆਂ ਕਿ ਆਸ ਪਾਸ ਹੋਰ ਵੀ ਚੀਜ਼ਾਂ ਆਉਂਦੀਆਂ ਉਹਨਾਂ 'ਤੇ ਵੀ ਮੈਂ ਕੋਈ ਨਾ ਕੋਈ ਆਪਣੇ ਵੱਲੋਂ ਲਿਖਿਆ ਕਰਾਂ ਓਕੇ ਕਿ ਜੇ ਸਮਾਜ ਦੀਆਂ ਗੱਲਾਂ ਨਹੀਂ ਲਿਖੀਆਂ ਮੈਂ ਕਦੇ ਮੈਂ ਪਿਆਰ ਦੀਆਂ ਗੱਲਾਂ ਲਿਖੀਆਂ ਹੋਣੀਆਂ ਅਤੇ ਸਮਾਜ ਦੀਆਂ ਗੱਲਾਂ ਲਿਖਣੀਆਂ ਚਾਹੂੰਗਾ ਅਤੇ ਉਹ ਮੈਨੂੰ ਲੱਗਦਾ ਕਿ ਬਹੁਤ ਜਲਦੀ ਮੈਂ ਕਰੂੰਗਾ
दैट्स रियली ग्रेट। समाज च सब तो ज्यादा बुरा की लगता है ना, जो हर्ट करता है कि नहीं यार दिस इज नॉट समाज दी बुराइयां। देखो मन जिवें आप पढ़े लिखे आ ना, ते मैं एक पोस्ट पाई सी एक दिन अपने क्वेश्चन जे पुछदे हुंदे इंस्टाग्राम ते, है ना जी, ओ मैं पुछदा सीगा, मैं कहा यार हर बंदे नु पंजाबी नु आएगा तो लगदा कि गाउण लगदा। ते फिर एक मुंडे दा काफ़ी उत्थे मैसेज आए थे, कॉमेंट जो भी आते होंगे है ना थले, तो मैं वो पढ़िया, कहिंदा वीरे कहिंदा होर कोई काम तो है नहीं गा, कहिंदा कोई कि भी काम ही नहीं है कि हुण असीं करिए की, कि मैं भी पढ़िया लिखिया वा, कहिंदा मेरे को जॉब नहीं हैगी, जॉब मैं ट्राई की मेरे को मिली नहीं। फिर मैं कहिंदा लिखण लग गया, तो हुण मैनूं लगदा कि जे वधिया लिख लैंदा वा तो हुण मैनूं लगदा गाणा कढ दवां इक। तो वह चीज़ करके भी जे समाज की गल मैं हुण कहा सी जिवें समाज पर लिखना चाहुंदा है ना, तो समाजिक बुराइयां बहुत ने जी, ते जे असीं यूथ इकट्ठा हो के उन्होंने चीज़ों लिए नहीं बोलांगे तो ये कल नूं कि जिहड़ा नवा यूथ आऊगा वह सही होगा नहीं होगा कि चलो असीं तां चलो जॉबा करके गाउण लग गए है ना, तो जिहड़े नवे जवाक ने वह की करनगे। तो हुण तां इत्थे देखे प्राइवेटाइज हो रहा है ना, तो साढ़े किसान किन्ने महीनों तो बैठे ने उत्थे, है ना, तो प्राइवेटाइज एक ना एक दिन होना ही सीगा, जो असीं बारहवीं दे विच पढ़दे सीगे उदों ही ये चीज़ां पढ़ियां सीगियां, तो उन्हूं असीं रोकता हटदा हटदे तो है नहीं गे, कोई मानता तो है नहीं गा। तो उन्हें जिदा की साड़ी सरकारां ने उन्होंने अपनियां ही करनियां, जे वह दुनिया दियां सुन के चलन लग जाण तां साडे ते बाहरले मुल्कां दे विच फर्क ही नहीं रहना। बिल्कुल, तो वह मतलब फर्क साडा जिहड़ा पाया होया ये जिहड़ी सियासत वादी कहिंदे आ मैनूं लगदा, तो ये जिहड़े पॉलिटिशियन ने इन्हां ने ये जिहड़ियां चीज़ां बनाईयां होईयां तो ये चेंज ही नहीं हो रही, उदों दियां जिहड़ियां चली जांदियां चली हो जांदियां। सो नवें बंदियां नूं मैनूं लगदा मौका भी मिलना चाहीदा, तो नवां जाती असीं नवीं जनरेशन नहीं सोचांगे ये चीज़ां बारे तो सानूं ये चीज़ां सुधार नहीं आ सकदा ये चीज़ां। सो हुण आपां एक गेम खेलांगे ना, ठीक है? हाँ जी। तुसीं सलाह देनी है, ओके? जरूर। जस्सी गिल शोज़ देख के करने चाहिए जिहड़े कि टीवी शोज़ हुंदे आ देख के करने चाहिए। ओके, बब्बर जिहड़े साडे पंजाबियां दे हक च ओह चीज़ करनी चाहिए मैनूं लगदा, तो जिन्हां ने बनाया ना उन्हां नूं टच नहीं दसना चाहिए जी। ओके, बादशाह नाल दियां दा ख्याल रखना चाहिए, जिहड़े भी टीम दे विच तुसीं वड्डे होए हो ते कदे आए नहीं गां जा के ये नहीं कहिंदा कि एवें सीगा काम। ओके, सिद्धू मूसेवाला ਬਹੁਤੀ ਮੈਂ ਨਹੀਂ ਕਰਨੀ ਚਾਹੀਦੀ ਮੈਨੂੰ ਲੱਗਦਾ। ਓਕੇ, ਕਰਨ ਔਜਲਾ। ਕਰਨ ਔਜਲਾ ਹਰ ਚੀਜ਼ ਮੈਨੂੰ ਲੱਗਦਾ ਕਿ ਕੰਟਰੋਵਰਸੀ ਕਰਕੇ ਨਹੀਂ ਚਲਾਉਣੀ ਚਾਹੀਦੀ। ਓਕੇ, ਜਾਂ ਕਿ ਕਿਉਂਕਿ ਇੱਕ ਦੂਜੇ ਨੂੰ ਐਂ ਲੱਗੀ ਜਾਂਦਾ ਸੋਸ਼ਲ ਮੀਡੀਆ 'ਤੇ ਕਿ ਵੀ ਉਹ ਉਹਦੇ ਲਈ ਆ ਉਹ ਉਹਦੇ ਲਈ ਆ, ਅਤੇ ਉੱਦਾਂ ਉਹਦੇ ਗਾਣੇ ਘੈਂਟ ਹੁੰਦੇ ਆ, ਉਹ ਵਧੀਆ ਹਰ ਚੀਜ਼ ਦੇ ਉੱਤੇ ਲਿਖਦਾ, ਬਹੁਤ ਵਧੀਆ ਕੰਮ ਆ, ਅਤੇ ਗਾਣੇ ਹੁੰਦੇ ਆ ਮੈਨੂੰ ਲੱਗਦਾ ਲੋਕਾਂ ਲਈ ਹੁੰਦੇ ਆ, ਅਤੇ ਲੋਕਾਂ ਨੂੰ ਹੀ ਆਪਾਂ ਨੂੰ ਪੇਸ਼ ਕਰਨੇ ਚਾਹੀਦੇ, ਨਾ ਕਿ ਇੱਕ ਕਿਸੇ ਇੰਡੀਵਿਜੂਅਲ ਲਈ ਆਪਾਂ ਗਾਈਏ, ਉਹ ਚੰਗੀ ਗੱਲ ਨਹੀਂ। ਓਕੇ, ਗੈਰੀ ਸੰਧੂ। ਗੈਰੀ ਸੰਧੂ ਇਜ਼ ਅ ਨਾਈਸ ਮੈਨ, ਮੈਨੂੰ ਲੱਗਦਾ ਵਧੀਆ ਲੱਗਦਾ, ਸਲਾਹ ਤਾਂ ਬਾਈ ਤੋਂ ਲੈਣੀਆਂ ਚਾਹੀਦੀ ਮੈਨੂੰ ਲੱਗਦਾ। ਹਾਂ, ਉਹਨਾਂ ਦਾ ਥੋੜ੍ਹਾ ਅੰਦਾਜ਼ ਬਹੁਤ ਅੱਛਾ ਹੈ, ਬਹੁਤ ਸੋਹਣਾ ਲੱਗਦਾ, ਅਤੇ ਕੰਪੋਜ਼ ਦਾ ਬਹੁਤ ਘੈਂਟ ਹੁੰਦੀ ਹੈ ਬਾਈ ਦੀ। ਓਕੇ, ਅਰਜਨ ਢਿੱਲੋਂ। ਵਧੀਆ ਕਰ ਰਿਹਾ ਬਈ, ਅਤੇ ਐਂ ਮੈਂ ਕਹਿੰਦਾ ਲੱਗਿਆ ਰਹੇ ਦੱਬ ਕੇ, ਕਿਸੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਠੀਕ ਹੈ, ਔਰ ਨਵਿੰਦਰ। ਮੈਨੂੰ ਤਾਂ ਬਾਲੀਆਂ ਸਲਾਹਾਂ ਚਾਹੀਦੀਆਂ। ਅੱਛਾ, ਜੇ ਤੁਹਾਨੂੰ ਐਕਚੁਅਲ ਦੇ ਵਿੱਚ ਜਦੋਂ ਤੁਸੀਂ ਗੈਰੀ ਸੰਧੂ ਦਾ ਨਾਮ ਲਿਆ ਕਿ ਮੈਂ ਉਹਨਾਂ ਤੋਂ ਸਲਾਹ ਲੈਣਾ ਚਾਹਾਂਗਾ, ਹੋਰ ਇੱਦਾਂ ਦਾ ਕੌਣ ਹੈ ਜਿਹਨੂੰ ਵੇਖ ਕੇ ਅੰਦਰ ਵਧੀਆ ਲੱਗਦਾ ਕਿ ਮੈਂ ਇਸ ਇਨਸਾਨ ਨੂੰ ਜ਼ਰੂਰ ਮਿਲਾਂਗਾ, ਮੈਨੂੰ ਜ਼ਿੰਦਗੀ ਦੇ ਲਈ ਗਾਈਡੈਂਸ ਜਾਂ ਅੱਗੇ ਵਧਣ ਦੇ ਲਈ ਇਹਨਾਂ ਦੀ ਕਈ ਗੱਲ ਮਤਲਬ ਕੰਮ ਆ ਸਕਦੀ ਹੈ? ਮੋਸਟਲੀ ਉੱਦਾਂ ਤਾਂ ਸਾਰਿਆਂ ਨੂੰ ਮਿਲਦੇ ਨੇ, ਗੈਰੀ ਬਾਈ ਨੂੰ ਮੈਂ ਨਹੀਂ ਮਿਲਿਆ ਕਦੇ, ਅਤੇ ਸਰਤਾਜ ਬਾਈ ਉਹਨਾਂ ਨੂੰ ਮੈਂ ਜਿੰਮ ਦੇ ਵਿੱਚ ਮਿਲ ਜਾਂਦਾ ਸੀਗਾ, ਅਤੇ ਬਾਈ ਨੂੰ ਮੈਂ ਕਹਿਣਾ ਬਾਈ ਤੁਹਾਡਾ ਆਹ ਗਾਣਾ ਮੈਨੂੰ ਬਹੁਤ ਵਧੀਆ ਲੱਗਦਾ, ਅਤੇ ਮੈਂ ਫਿਰ ਕਈ ਵਾਰੀ ਉਹਨਾਂ ਤੋਂ ਸਮਝਿਆ ਵੀ ਕਿ ਆਹ ਗੱਲ ਆਹ ਗਾਣਾ ਮਤਲਬ ਇਹਦਾ ਕੀ ਮਤਲਬ ਹੈ, ਹੈ ਨਾ, ਅਤੇ ਮੈਨੂੰ ਉਹਨਾਂ ਦਾ ਗਾਣਾ ਬਹੁਤ ਵਧੀਆ ਲੱਗਦਾ ਹਮਜ਼ਾ, ਸੋ ਮੈਂ ਉਹ ਗੱਲ ਸਮਝੀ ਕਿ ਇਹ ਗਾਣਾ ਮੈਂ ਬਹੁਤ ਵਾਰ ਸੁਣਦਾ ਕਿ ਮੇਰੀ ਪਲੇਲਿਸਟ ਦੇ ਵਿੱਚ ਇਹ ਗਾਣਾ ਤੁਹਾਡਾ ਪੱਕਾ ਹੀ ਮਤਲਬ ਡਾਊਨਲੋਡਡ ਗਾਣਾ ਵਾ, ਬਹੁਤ ਘੱਟ ਡਾਊਨਲੋਡ ਕੀਤੇ ਨੇ, 20 ਗਾਣੇ ਬਣੇ ਆ, ਅਤੇ ਬਾਕੀ ਮੈਂ ਸਟ੍ਰੀਮ ਕਰਕੇ ਸੁਣਦਾ, ਅਤੇ ਉਹਨਾਂ ਦੇ ਵਿੱਚ ਇੱਕ ਗਾਣਾ ਉਹ, ਅਤੇ ਫਿਰ ਮੈਂ ਬੱਬੂ ਮਾਨ ਬਾਈ ਤੋਂ ਪੁੱਛਣਾ ਚਾਹੂੰਗਾ ਕਿ ਇੰਨੇ ਸਾਲ ਉਹਨਾਂ ਨੇ ਕੰਮ ਕੀਤਾ, ਹੈ ਨਾ, ਕਿ ਵੀ ਕੀ ਮਤਲਬ ਉਹਨਾਂ ਦੀ ਮੋਟੀਵੇਸ਼ਨ ਸੀਗੀ, ਕਿਉਂਕਿ ਦੇਖਿਆ ਜਾਵੇ ਇੰਡਸਟਰੀ ਤਾਂ ਸਾਰਿਆਂ ਤੋਂ ਪਾਸੇ ਸੀ, ਸ਼ੁਰੂ ਤੋਂ ਹੀ ਕਿਸੇ ਨੂੰ ਕੋਈ ਜਵਾਬ ਨਹੀਂ ਦਿੱਤਾ, ਕੋਈ ਟੀਵੀ ਚੈਨਲ ਵਾਲੇ ਨਾ ਕੋਈ ਮਤਲਬ, ਆਪਾਂ ਸ਼ੁਰੂ ਤੋਂ ਹੀ ਦੇਖਿਆ ਕਿ ਅਵਾਰਡ ਸ਼ੋਜ਼ ਦੇ ਉੱਤੇ ਨਹੀਂ ਜਾਣਾ, ਅਤੇ ਉਹ ਚੀਜ਼ਾਂ ਮਤਲਬ ਲਾਈਕ ਇੰਨੀ ਕੁ ਪਾਵਰ ਕਿੱਥੋਂ ਆਉਂਦੀ ਆ ਬੰਦੇ ਲਈ ਕਿ ਹਾਂ ਇੱਕ ਪਾਸੇ ਰਹਿ ਕੇ ਅਤੇ ਆਪਣਾ ਹੀ ਕੰਮ ਕਰਨਾ, ਕਿਉਂ ਨਹੀਂ ਅਸੀਂ ਕਿਸੇ ਹੋਰ ਵੱਲ ਬਾਈ ਨੇ ਕਿਉਂ ਨਹੀਂ ਦੇਖਿਆ, ਅਤੇ ਉਹ ਇੰਨਾ ਕੁ ਸਟਰੋਂਗ, ਮੈਂ ਕਿਹਾ ਮੈਂ ਵੀ ਹੋ ਜਾਵਾਂ ਤਾਂ ਬਹੁਤ ਸਵਾਦ ਆ ਜੀ। ਅਤੇ ਇੱਕ ਗੱਲ ਹੋਰ ਮੈਂ ਚਾਹੂੰਗਾ ਕਿ ਮੈਂ ਜੇ
सलाह देनी आ दिया आपको कि मैं बहुत जल्दी जल्दी मैं गाने देने चाहिए हरेक महीने घट्टो घट एक गाने का मेरा आ ही जाए। ओके सो इस सलाह इंप्लीमेंट करने वाले हो? उम्मीद है, उम्मीद तो दुनिया कायम है जिदा। क्या बात है। ओके सो नेक्स्ट रंजीत बाबा कैंट बंदा सलाह नहीं दोगे कोई नहीं वोटां च खड़ा हो जाए मैं कहना कंगना के खिलाफ हाँ वोटां च खड़ा हो जाए रंजीत बाबा तो फुल फटे चकूगा असी नाल है। ओके कुलविंदर बिल्ला बिल्ला भी वधिया बंदा है। ओके सलाह देनी है तुसी कोई वधिया तो सारे ही ने नहीं मैं हूँ फिर परसनल होया ना ना कई बार सोचता हूँ कि हाँ बंदा किदा मेरे ना किदा तो कुलविंदर बिल्ला भाई वधिया यार तो भाई नू थोड़ा जा सलाह देने वाला काम आ जिहड़ा औखा ही आ मैं लगता वधिया गाने भी घेंट होंगे भाई दे सो कोई इदा की मैं कोई कमी पेशी भी नहीं लगती जी कोई सलाह देनी चाहिए। निंजा निंजा गोल्ड बॉय दे नाल मतलब जदों गाउंदा ते कंपोज ते गाउंदा बहुत घेंट होंदा वा ते मैनूं लगदा उहनां नूं ज़्यादा गाने करने चाहिए इकट्ठे। उहनां दोनों के कलैबोरेशन किए हुए सोंगस हिट भी बहुत गए रहे हाँ ते उहनां नूं इकट्ठे काम करदे रहना चाहिए बहुत। ओके थैंक यू सो वेरी मच और मैनूं ते नहीं कोई सलाह देनी नहीं ज्योंदे रहो वधिया जी तुसीं बहुत वधिया काम कर रहे हो। थैंक यू सो मच तुसीं नवें नवें गाने लैके आंदे रहो सो दैट आपां गल्लां बातां करदे रहे। ये तुसीं मैनूं अज बहुत वारी कहा कि ये तो मैनूं करना ही पैना मैनूं लगदा कि बार बार हाँ जी एग्जैक्टली क्योंकि हुण दौर अपना उही आ गया कि जो दिखता वो बिकता सो बार बार दिखना भी बहुत जरूरी है बट अच्छी गल है तुसीं अच्छे कंटेंट लैके आने की कोशिश करते हो जिस करके डिले हो जाता है समहाउ बट ऑल द वेरी बेस्ट थैंक यू सो मच। लेकिन इत्थे ही गल्लां बातां नहीं मुकदियां गीत लेटेस्ट गीत आया तुहाडा ਉਸ ਨਾਮਾ ਦਿਲ ਸੋਹਣੀਏ ਤੇਰੇ ਤੇ ਆਇਆ ਦਿਲ ਸੋਹਣੀਏ ਹਾਂ ਕਰਦੇ ਸੋਹਣੀਏ ਨਾ ਐਵੇਂ ਸ਼ਰਮਾ ਹੋ ਕਿਲ ਸੋਹਣੀਏ ਅਦਾਵਾਂ ਤੇਰੀ ਕਿਲਰ ਸੋਹਣੀਏ ਤੇਰੇ ਬਿਨਾਂ ਹੁਣ ਮੇਰਾ ਦਿਲ ਨਹੀਂ ਲੱਗਣਾ ਨਾ 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 ਓ ਨਾਈਸ ਕੰਗ੍ਰੈਚੁਲੇਸ਼ਨ ਫੋਰ ਦਾ ਸੌਂਗ ਔਰ ਵੱਖਰਾ ਸਵੈਗ ਤਾਂ ਸੁਣਨਾ ਬਣਦਾ ਹੈ ਨਾ ਨਵਿੰਦਰ ਹੁਕੀ ਹੈ ਗੁੱਚੀ ਅਰਮਾਨੀ ਪਿੱਛੇ ਰੋਲਦੀ ਜਵਾਨੀ ਚੈੱਕ ਕਰਦੀ ਬ੍ਰਾਂਡਾਂ ਵਾਲੇ ਟੈਗ ਨੀ ਆ ਜਾ ਦੱਸਾਂ ਤੈਨੂੰ ਸੋਹਣੀਏ ਨੀ ਫੈਸ਼ਨ ਕੀ ਹੁੰਦਾ ਤੇਰੇ ਯਾਰ ਤਾਂ ਵੱਖਰਾ ਸਵੈਗ ਨੀ ਉਹ ਕਾਲਾ ਕੁੜਤਾ ਪਜਾਮਾ 350 ਆਮਾ ਸਿਰਦਾਰੀ ਵਾਲਾ ਚੁੱਕਿਆ ਫਲੈਗ ਨੀ ਉਹ ਜੁੱਤੀ ਯਾਰਾਂ ਦੀ ਕੈਮ ਸਾਰੇ ਕੱਢ ਦਈਏ ਵਹਿਮ ਪੰਗਾ ਲੈਂਦਾ ਨਾ ਹਾਏ ਉਂਝ ਮੈਂ ਨਜਾਇਜ਼ ਨੀ ਉਹ ਵੱਖਰਾ ਸਵੈਗ ਨੀ ਉਹ ਵੱਖਰਾ ਸਵੈਗ ਨੀ। ਓਕੇ ਯਾਰ ਬੋਲਦਾ ਉਹ ਸ਼ੂਜ਼ ਜਿੰਮੀ ਚੂ ਤੋਂ ਕੱਟ ਕੇ ਦੇ ਪਾਉਂਦਾ ਨੀ ਟੌਰ ਵਾਲੀ ਪੂਰੀ ਅੱਤ ਹੀ ਕਰਾਉਂਦਾ ਨੀ ਤੂੰ ਵੀ ਬਣ ਕੇ ਪਟੋਲਾ ਬਿਲੋ ਆ ਗਈ ਨੀ ਸਾਰੇ ਮੁੰਡਿਆਂ ਦੇ ਦਿਲਾਂ ਉੱਤੇ ਛਾ ਗਈ ਨੀ ਉਹ ਰਾਣੀ ਰੱਖਣਾ ਬਣਾ ਕੇ ਤੈਨੂੰ ਦਿਲ ਦੀ ਰਾਣੀ ਰੱਖਣਾ ਬਣਾ ਕੇ ਤੈਨੂੰ ਦਿਲ ਦੀ ਉਹ ਰਾਜਿਆਂ ਦੇ ਵਾਂਗੂ ਬੋਲਦਾ ਹੋਏ ਉੱਥੇ ਬੋਲੇ ਨਾ ਬੰਦੂਕ 12 ਬੋਰਦੀ ਨੀ ਜਿੱਥੇ ਤੇਰਾ ਯਾਰ ਬੋਲਦਾ ਸੱਚੀ ਨੀ ਤੇਰਾ ਯਾਰ ਬੋਲਦਾ। ਨਾਓ ਯੋਰ ਮੋਸਟ ਫੇਵਰਿਟ ਸੌਂਗ ਮਾਈ ਮੋਸਟ ਫੇਵਰਿਟ ਹਜੇ ਤੇ ਆਉਣਾ ਹੈ। ਓਕੇ ਜਿੰਨੇ ਹੋਏ ਆ ਕਿਹੜਾ ਸੌਂਗ ਇੱਦਾਂ ਦਾ ਜਿਹੜਾ ਤੁਹਾਡਾ ਬਹੁਤ ਪਰਸਨਲ ਫੇਵਰਿਟ ਰਿਹਾ ਪਰ ਉਹਨੂੰ ਰਿਸਪੌਂਸ ਮਿਲਿਆ ਨਹੀਂ ਜੋ ਤੁਸੀਂ ਤੁਹਾਨੂੰ ਲੱਗਦਾ ਸੀ ਵੀ ਮਿਲ ਸਕਦਾ ਜਾਂ ਮਿਲਣਾ ਚਾਹੀਦਾ ਸੀ? ਮਤਲਬ ਅੱਤ ਤੇਰਾ ਯਾਰ ਨੂੰ ਹੋਰ ਕੁਛ ਕਰ ਸਕਦੀ ਸੀਗੀ ਕੰਪਨੀ ਜਿੱਥੇ ਆਇਆ ਸੀਗਾ ਅਤੇ ਉਹਨਾਂ ਨੇ ਉਹ ਕਿਉਂਕਿ ਉਹ ਮੈਂ ਗਾਣਾ ਵੀ ਮੈਨੂੰ ਵੱਖਰਾ ਸਵੈਗ ਤੋਂ ਬਾਅਦ ਹੀ ਕੀਤਾ ਸੀਗਾ ਪਰ ਸਾਲ ਬਾਅਦ ਕੀਤਾ ਸੀ ਨੋ ਡਾਊਟ ਅਤੇ ਉਹਨੂੰ ਹੋਰ ਵੱਡਾ ਕਰ ਸਕਦੇ ਸੀ ਜੇ ਉਹ ਚਾਹੁੰਦੇ। ਓਕੇ ਦੋ ਲਾਈਨਾਂ ਤੇਰਾ ਯਾਰ ਹੋ ਸਖੀਆਂ 'ਚ ਸੋਹਣੀ ਜੇ ਤੂੰ ਇਕੱਲੀ ਸੋਹਣੀ ਏ ਨਹੀਂ ਦੇਖ ਗੱਭਰੂ ਨੂੰ ਹੁੰਦੀ ਆ ਤਸੱਲੀ ਸੋਹਣੀ ਏ ਉਹ ਸੁੱਚੇ ਮੋਤੀ ਵਾਂਗੂ ਉਹ ਤਾਂ ਜਾਪਦਾ ਐਵੇਂ ਸਮਝੀ ਨਾ ਕਾਵਾਂ ਵਾਲੀ ਡਾਰਨੀ ਬਿੱਲੋ ਮੰਨਿਆ ਏ ਅੱਤ ਤੇਰਾ ਨਖਰਾ ਤੇਰੇ ਨਖਰੇ ਤੋਂ ਅੱਤ ਤੇਰਾ ਯਾਰਨੀ ਬਿੱਲੋ ਮੰਨਿਆ ਏ ਅੱਤ ਤੇਰਾ ਨਖਰਾ ਤੇਰੇ ਨਖਰੇ ਤੋਂ ਅੱਤ ਤੇਰਾ ਯਾਰਨੀ। ਅੱਛਾ ਵੈਸੇ ਤੁਹਾਨੂੰ ਲੱਗਦਾ ਤੁਹਾਡਾ ਸੁਭਾਗ ਵੱਖਰਾ? ਨਹੀਂ ਨਹੀਂ ਵੱਖਰਾ ਮਤਲਬ ਆਹੋ ਗਾਣਾ ਤਾਂ ਮੇਰਾ ਹੀ ਆ। ਦੇਖੋ ਹਰ ਬੰਦਾ ਮੈਨੂੰ ਲੱਗਦਾ ਹਰੇਕ ਬੰਦਾ ਯੂਨੀਕ ਹੁੰਦਾ ਕਿਉਂ ਮੈਂ ਤਾਂ ਕਿਉਂ ਨਹੀਂ ਹੋਊਗਾ ਮਤਲਬ ਹਰ ਬੰਦਾ ਆਪਣੇ ਆਪ ਦੇ ਵਿੱਚ ਵੱਖਰਾ ਹੁੰਦਾ ਵਾ ਅਤੇ ਹਰੇਕ ਬੰਦੇ ਦਾ ਹੀ ਆਪਾਂ ਕਹਿ ਦਈਏ ਕਿਸੇ ਨੂੰ ਕੋਈ ਕਾਪੀ ਕਰਕੇ ਸਵਾਗ ਤਾਂ ਨਹੀਂ ਬਣਦਾ ਹੁੰਦਾ ਸਵਾਗ ਤਾਂ ਉਹਦਾ ਹੀ ਹੁੰਦਾ ਜਿਹਦਾ ਆਪਣਾ ਖੁਦ ਦਾ ਹੋਵੇ ਅਤੇ ਸੋ ਹਰ ਬੰਦਾ ਹੀ ਵੱਖਰਾ ਮੈਂ ਵੀ ਵੱਖਰਾ ਹੀ ਹਾਂ। ਮੈਨੂੰ ਪੂਰੀ ਇੰਡਸਟਰੀ 'ਚ ਜੇਕਰ ਆਪਾਂ ਇੱਕ ਨਿਗਾਹ ਮਾਰੀਏ ਨਾ ਜੀ ਕਿਹਦੇ ਲਈ ਤੁਹਾਡੇ ਦਿਲ 'ਚੋਂ ਨਿਕਲਦਾ ਕਿ ਇਹ ਬੰਦਾ ਇੰਡਸਟਰੀ 'ਚੋਂ ਬਿਲਕੁਲ ਵੱਖਰੇ ਸਵਾਗ ਵਾਲਾ ਹੈ ਦਿਸ ਇਜ਼ ਦਾ ਓਨਲੀ ਵਨ? ਜੇ ਅਸੀਂ ਇੰਡਸਟਰੀ ਦੀ ਗੱਲ ਕਰੀਏ
ਬੱਬੂ ਮਾਨ ਬਾਈ ਮੈਨੂੰ ਲੱਗਦਾ ਇੰਡਸਟਰੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ, ਕਿਉਂਕਿ ਇੱਕ ਉਹਨਾਂ ਦੀ ਕੰਪਨੀ ਦਾ ਨਾਂ ਵੀ ਸਵੈਗ ਆ, ਤੁਹਾਨੂੰ ਪਤਾ ਸਵੈਗ ਮਿਊਜ਼ਿਕ, ਅਤੇ ਫਿਰ ਕਿਉਂਕਿ ਇੰਨਾ ਟਾਈਮ ਆਪਣੀ ਚਾਲ ਦੇ ਵਿੱਚ ਚੱਲਣਾ ਬਹੁਤ ਵੱਡੀ ਗੱਲ ਹੁੰਦੀ ਆ, ਅਤੇ ਉਹ ਕੋਈ ਬੰਦਾ ਕਰ ਸਕਦਾ, ਲਿਖਣਾ ਵੀ ਖੁਦ, ਗਾਉਣਾ ਵੀ ਖੁਦ, ਮਿਊਜ਼ਿਕ ਖੁਦ ਬਣਾਉਣਾ, ਅਤੇ ਇੱਕ ਆਪਣੀ ਚਾਲ ਦੇ ਵਿੱਚ ਚੱਲੀ ਜਾਣਾ, ਅਤੇ ਉਹਦੇ ਵਿੱਚ ਸੇਧਾਂ ਵੀ ਦੇਣੀਆਂ, ਅਤੇ ਗੱਲਾਂ ਵੀ ਸਮਾਜ ਦੀਆਂ ਕਰਨੀਆਂ, ਅਤੇ ਉਹਦੇ 'ਚ ਐਂਟਰਟੇਨਮੈਂਟ ਵਾਲੀਆਂ ਗੱਲਾਂ ਵੀ ਕਰਨੀਆਂ, ਉਹ ਵੱਖਰਾ ਬੰਦਾ ਹੀ ਹੋ ਸਕਦਾ ਇੱਦਾਂ ਦਾ, ਕੋਈ ਮਤਲਬ ਹਰ ਬੰਦਾ ਨਹੀਂ ਕਰ ਸਕਦਾ ਉਹ ਚੀਜ਼। ਵੈਰੀ ਟਰੂ।